ਸਵਾਗਤ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਗੱਲਾਂ ਤੇ ਗੀਤ ਮੈਂ ਹਾਂ ਸ਼ੁਕਰਗੁਜ਼ਾਰ ਸਿੰਘ ਦੋਸਤੋ ਗੱਲਾਂ ਤੇ ਗੀਤ ਇੱਕ ਐਸਾ ਪ੍ਰੋਗਰਾਮ ਜਿਸ ਵਿੱਚ ਅਸੀਂ ਕੁਝ ਐਸੇ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ ਜੋ ਵਿਸ਼ੇ ਸਾਨੂੰ ਸੇਧ ਦਿੰਦੇ ਨੇ ਕਿ ਇਹ ਜ਼ਿੰਦਗੀ ਅਨਮੋਲ ਹੈ ਤਾਂ ਇਸ ਨੂੰ ਜ਼ਿੰਦਾਦਿਲੀ ਦੇ ਨਾਲ ਜੀਣਾ ਚਾਹੀਦਾ ਹੈ ਕਈ ਵਾਰੀ ਇਨਸਾਨ ਸਾਰੀ ਜ਼ਿੰਦਗੀ ਕੰਮ ਕਰਦਾ ਹੈ ਵੱਖ-ਵੱਖ ਰੁਝੇਵਿਆਂ ਦੇ ਵਿੱਚ ਰੁੱਝਾ ਹੁੰਦਾ ਹੈ ਪਰ ਉਹ ਆਪਣੀ ਜ਼ਿੰਦਗੀ ਦਾ ਨਾ ਜੋ ਲਤਫ ਹੈ ਜੋ ਜ਼ਿੰਦਗੀ ਦੇ ਵਿੱਚ ਹਸੀਨਪੁਣਾ ਹੁੰਦਾ ਹੈ ਉਸ ਨੂੰ ਗਵਾ ਬੈਠਦਾ ਹੈ ਪਰ ਕਈ ਇਨਸਾਨ ਐਸੇ ਵੀ ਹੁੰਦੇ ਨੇ ਜੋ ਜੌਬ ਕਰਦੇ ਹੋਏ ਆਪਣੇ ਰੋਜ਼ਗਾਰ ਦੇ ਵਿੱਚ ਆਪਣੇ ਰੁਜ਼ੀਵਿਆਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਬਤੀਤ ਕਰਦੇ ਹੋਏ ਫਿਰ ਵੀ ਆਪਣੇ ਸ਼ੌਕ ਨੂੰ ਇਸ ਤਰ੍ਹਾਂ ਪਾਲਦੇ ਨੇ ਕਿ ਉਹ ਸ਼ੌਕ ਉਹਨਾਂ ਦਾ ਸੇਵਾ ਮੁਕਤੀ ਤੋਂ ਬਾਅਦ ਇੱਕ ਐਸਾ ਚਾਨਣ ਮਨਾਰਾ ਬਣ ਜਾਂਦਾ ਹੈ ਇੱਕ ਐਸੀ ਉਹਨਾਂ ਨੂੰ ਨਾਮ ਨਾ ਮਿਲ ਜਾਂਦਾ ਹੈ ਉਸ ਸ਼ੌਕ ਦੇ ਨਾਲ ਕਿ ਉਹ ਸੋਚਦੇ ਨੇ ਕਿ ਜਿਸ ਤਰ੍ਹਾਂ ਉਹਨਾਂ ਨੇ ਇਹ ਸ਼ੌਕ ਨੂੰ ਪਾਲਿਆ ਇਸੇ ਤਰ੍ਹਾਂ ਮੈਂ ਉਹ ਸ਼ੌਕ ਨੂੰ ਅੱਗੇ ਵਧਾਉਂਦਾ ਰਹਾ ਸੇਵਾ ਮੁਕਤੀ ਦੇ ਬਾਅਦ ਕਈ ਵਰੀ ਮਨ ਦੇ ਉੱਤੇ ਵਿਚਾਰ ਵੀ ਐਸੇ ਹਾਵੀ ਹੋ ਜਾਂਦੇ ਨੇ ਕਿ ਸ਼ਾਇਦ ਮੈਂ ਹੁਣ ਵੇਲਾ ਹੋ ਗਿਆ ਹਾਂ ਮੈਂ ਕੁਝ ਕਰ ਨਹੀਂ ਸਕਦਾ ਪਰ ਜਿਨ੍ਹਾਂ ਨੇ ਸ਼ੌਕ ਆਪਣੀ ਜਵਾਨੀ ਦੇ ਵਿੱਚ ਪਾਲੇ ਹੋਣ ਉਹ ਬੁਢਾਪੇ ਦੇ ਵਿੱਚ ਕਿੱਥੇ ਟਲਦੇ ਨੇ ਫਿਰ ਉਹ ਅੱਗੇ ਹੀ ਵਧਦੇ ਰਹਿੰਦੇ ਨੇ ਅੱਜ ਅਸੀਂ ਗੱਲਾਂ ਤੇ ਗੀਤ ਪ੍ਰੋਗਰਾਮ ਵਿੱਚ ਗੱਲਬਾਤ ਕਰਨੀ ਹੈ ਕਿ ਸੇਵਾ ਮੁਕਤੀ ਤੋਂ ਬਾਅਦ ਜ਼ਿੰਦਗੀ ਕਿਸ ਤਰ੍ਹਾਂ ਜੀਣੀ ਚਾਹੀਦੀ ਹੈ ਜ਼ਿੰਦਗੀ ਦਾ ਲੁਤਫ ਕਿਸ ਤਰ੍ਹਾਂ ਉਠਾਉਣਾ ਚਾਹੀਦਾ ਹੈ ਜ਼ਿੰਦਗੀ ਅਨਮੋਲ ਹੈ ਤਾਂ ਇਸ ਦਾ ਹਸੀਨ ਪੁਣਾ ਕਿਸ ਤਰ੍ਹਾਂ ਬਰਕਰਾਰ ਰੱਖਣਾ ਚਾਹੀਦਾ ਹੈ ਮੇਰੇ ਨਾਲ ਸਟੂਡੀਓ ਦੇ ਵਿੱਚ ਨੇ ਸਰਦਾਰ ਅਮਰ ਸਿੰਘ ਸਿੱਧੂ ਜੀ ਜੋ ਕਿ ਬਹੁਤ ਹੀ ਉੱਗੇ ਸਾਹਿਤਕਾਰ ਨੇ ਨਿਰਦੇਸ਼ਕ ਨੇ ਕਹਾਣੀਕਾਰ ਨੇ ਇਹਨਾਂ ਦੀਆਂ ਕਈ ਕਿਤਾਬਾਂ ਦਰਸ਼ਕਾਂ ਦੀ ਝੋਲੀ ਵਿੱਚ ਆ ਚੁੱਕੀਆਂ ਨੇ ਜਿਨ੍ਹਾਂ ਨੂੰ ਪਾਠਕ ਬਹੁਤ ਪਿਆਰ ਦੇ ਨਾਲ ਪੜ੍ਹਦੇ ਨੇ ਤੇ ਦੱਸਣ ਵਾਲੀ ਗੱਲ ਇਹ ਹੈ ਕਿ ਇਹ ਰਿਟਾਇਰਡ ਐਸ ਡੀਓ ਨੇ ਇਹ ਪਬਲਿਕ ਹੈਲਥ ਡਿਪਾਰਟਮੈਂਟ ਵਿੱਚੋਂ ਫਿਰ ਵੀ ਆਪਣੇ ਰੁਝੇਵਿਆਂ ਦੇ ਨਾਲ-ਨਾਲ ਇਹਨਾਂ ਨੇ ਆਪਣਾ ਸਾਹਿਤ ਦਾ ਸ਼ੌਕ ਇਸ ਤਰ੍ਹਾਂ ਪਾ ਲਿਆ ਕਿ ਅੱਜ ਇੱਕ ਵੱਖਰਾ ਹੀ ਉਹਨਾਂ ਨੂੰ ਮੁਕਾਮ ਹਾਸਲ ਹੈ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਰ ਤੁਹਾਡਾ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਬਹੁਤ ਬਹੁਤ ਧੰਨਵਾਦ ਜੀ ਸਰ ਅੱਜ ਦਾ ਸਾਡਾ ਵਿਸ਼ਾ ਸੇਵਾ ਮੁਕਤੀ ਦੇ ਨਾਲ ਜੁੜਿਆ ਹੋਇਆ ਹੈ ਸੇਵਾ ਮੁਕਤੀ ਤੋਂ ਬਾਅਦ ਦੀ ਜ਼ਿੰਦਗੀ ਜ਼ਿੰਦਗੀ ਬਹੁਤ ਅਨਮੋਲ ਹੈ ਜ਼ਿੰਦਗੀ ਨੂੰ ਜੀਣਾ ਚਾਹੀਦਾ ਹੈ ਜਿੰਦਾਦਿਲੀ ਦੇ ਨਾਲ ਜ਼ਿੰਦਗੀ ਰਿਸ਼ਤਿਆਂ ਦਾ ਨਾਂ ਹੈ ਜ਼ਿੰਦਗੀ ਤਿੰਨ ਪੜਾਵਾਂ ਦਾ ਨਾਂ ਹੈ ਜਿਸ ਵਿੱਚ ਬਚਪਨ ਵੀ ਹੈ ਜਿਸ ਵਿੱਚ ਜਵਾਨੀ ਵੀ ਹੈ ਜਿਸ ਵਿੱਚ ਬੁਢਾਪਾ ਵੀ ਹੈ ਤੇ ਜ਼ਿੰਦਗੀ ਜਦੋਂ ਅੱਗੇ ਵਧਦੀ ਹੈ ਦਾ ਰਿਸ਼ਤਿਆਂ ਨੂੰ ਵੀ ਮੰਨਦੀ ਹੈ ਇਹ ਕੁਦਰਤ ਨੂੰ ਵੀ ਮੰਨਦੀ ਹੈ ਤੇ ਨਾਲ ਦੇ ਨਾਲ ਬੜੀਆਂ ਸਾਂਝਦਿਆਂ ਤੰਦਾ ਪਾਉਂਦੀ ਹੈ ਬੜੇ ਮਜ਼ਬੂਤ ਰਿਸ਼ਤਿਆਂ ਦੇ ਵਿੱਚ ਵੱਜਦੀ ਹੈ ਚਾਹੇ ਉਹ ਪਰਵਾਰਕ ਹੋਣ ਤੇ ਚਾਹੇ ਇਨਸਾਨੀਅਤ ਦੇ ਰਿਸ਼ਤੇ ਹੋਣ ਚਾਹੇ ਰੋਜ਼ਮਰਾਂ ਦੇ ਵਿੱਚ ਸਾਨੂੰ ਕਈ ਤਰ੍ਹਾਂ ਦੇ ਰਿਸ਼ਤੇ ਮਿਲਦੇ ਨੇ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਾਂਗਾ ਕਿਉਂਕਿ ਤੁਸੀਂ ਸਾਹਿਤਕਾਰ ਹੋ ਤੁਸੀਂ ਬਤੌਰ ਐਸ ਡੀਓ ਵੀ ਪਬਲਿਕ ਹੈਲਥ ਡਿਪਾਰਟਮੈਂਟ ਵਿੱਚ ਕੰਮ ਕੀਤਾ ਹੈ ਬਹੁਤ ਵਿਚਰੇ ਹੋ ਤੁਸੀਂ ਸਮਾਜ ਦੇ ਵਿੱਚ ਤੁਸੀਂ ਜ਼ਿੰਦਗੀ ਨਾਮਕ ਇਸ ਸ਼ਬਦ ਨੂੰ ਕਿਸ ਤਰ੍ਹਾਂ ਡਿਫਾਈਨ ਕਰਦੇ ਹੋ ਕਿਸ ਤਰ੍ਹਾਂ ਪਰਿਭਾਸ਼ਿਤ ਕਰਦੇ ਹੋ ਜ਼ਿੰਦਗੀ ਦੇ ਸੰਦਰਭ ਨੂੰ ਤੁਸੀਂ ਕਿਸ ਤਰ੍ਹਾਂ ਲੈ ਕੇ ਚੱਲਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦੇ ਇਸ ਪ੍ਰੋਗਰਾਮ ਦੇਖ ਰਹੇ ਆਪਣੇ ਦਰਸ਼ਕਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਉਸ ਤੋਂ ਬਾਅਦ ਇਸ ਦੂਰਦਰਸ਼ਨ ਕੇਂਦਰ ਦਾ ਵੀ तह ਦਰੋਂ ਧੰਨਵਾਦ ਹਾਂ ਜਿਨ੍ਹਾਂ ਨੇ ਮੈਨੂੰ ਆਪਣੇ ਸਟੂਡੀਓ ਵਿੱਚ ਬੁਲਾ ਕੇ ਆਪਣੇ ਦਰਸ਼ਕਾਂ ਦੇ ਰੂਬਰੂ ਕੀਤਾ ਸ਼ੁਕਰੀਆ ਸ਼ੁਕਰੀਆ ਜ਼ਿੰਦਗੀ ਇੱਕ ਅਨਮੋਲ ਚੀਜ਼ ਹੈ ਜੋ ਪਰਮਾਤਮਾ ਨੇ ਸਾਨੂੰ ਇੱਕੋ ਵਾਰ ਬਖਸ਼ੀ ਹੈ ਇਸ ਜ਼ਿੰਦਗੀ ਨੂੰ ਜਿਉਣ ਦਾ ਟੰਗ ਆਪਾਂ ਖੁਦ ਵੀ ਤੈਅ ਕਰਦੇ ਹਾਂ ਇਸ ਦੇ ਬਹੁਤ ਸਾਰੇ ਫੈਕਟਰ ਹਨ ਜਿਵੇਂ ਕਿ ਕਿਸੇ ਜੀ ਦਾ ਪਰਿਵਾਰ ਵਿੱਚ ਪਲਣਾ ਉਸ ਨੂੰ ਮਾਹੌਲ ਦਾ ਮਿਲਣਾ ਸਮਾਂ ਉਹੀ ਹੁੰਦਾ ਹੈ ਕੋਈ ਉਸੇ ਸਮੇਂ ਨੂੰ ਸੌਂ ਕੇ ਲੰਗਾਉਂਦਾ ਹੈ ਸ਼ਰਾਰਤਾਂ ਕਰਕੇ ਲੰਗਾਉਂਦਾ ਹੈ ਕੋਈ ਉਸੇ ਨੂੰ ਆਪਣੇ ਵਿਦਿਆਰਥੀ ਜੀਵਨ ਵਿੱਚ ਪੜ ਕੇ ਉੱਚ ਕੋਟੀ ਦੀਆਂ ਪਦਵੀਆਂ ਹਾਸਲ ਕਰ ਲੈਂਦਾ ਹੈ ਪਰ ਸਾਨੂੰ ਜ਼ਿੰਦਗੀ ਨੂੰ ਜਿਉਣ ਦਾ ਇੱਕ ਐਸਾ ਨਮੂਨਾ ਪੇਸ਼ ਕਰਨਾ ਚਾਹੀਦਾ ਹੈ ਕਿ ਸਾਡੇ ਜਾਣ ਤੋਂ ਬਾਅਦ ਵੀ ਲੋਕ ਸਾਨੂੰ ਯਾਦ ਰੱਖਣ ਤੇ ਸਾਡੀ ਹਾਜ਼ਰੀ ਲੱਗਦੀ ਰਹੇ ਜ਼ਿੰਦਗੀ ਬਾਰ-ਬਾਰ ਨਹੀਂ ਮਿਲਦੀ ਇਸ ਨੂੰ ਸਾਰਥਕ ਤੌਰ ਤੇ ਹੀ ਜਿਉਣਾ ਚਾਹੀਦਾ ਹੈ ਮੈਂ ਤਾਂ ਇਹੀ ਮੰਨਦਾ ਕੀ ਬਾਤ ਹੈ ਜੀ ਜ਼ਿੰਦਗੀ ਵਾਕਈ ਹੀ ਅਨਮੋਲ ਹੈ ਜ਼ਿੰਦਗੀ ਨੂੰ ਸਾਰਥਕ ਢੰਗ ਦੇ ਨਾਲ ਜੀਣਾ ਚਾਹੀਦਾ ਹੈ ਪੋਜ਼ਿਟਿਵਿਟੀ ਸਾਡੀ ਜ਼ਿੰਦਗੀ ਦੇ ਵਿੱਚ ਚਾਹੀਦੀ ਹੈ ਸੇਵਾ ਮੁਕਤੀ ਜੋ ਅੱਜ ਅਸੀਂ ਵਿਸ਼ਾ ਰੱਖਿਆ ਹੈ ਉਸ ਦੇ ਬਾਬਤ ਅਸੀਂ ਗੱਲਬਾਤ ਵੀ ਕਰਨੀ ਹੈ ਤੁਹਾਡੇ ਨਿੱਜੀ ਜ਼ਿੰਦਗੀ ਦੇ ਉੱਤੇ ਵੀ ਅਸੀਂ ਝਾਤ ਮਾਰਨੀ ਹੈ ਕਿਉਂਕਿ ਤੁਸੀਂ ਸਾਹਿਤ ਦੇ ਨਾਲ ਜੁੜੇ ਹੋਏ ਇੱਕ ਐਸੇ ਇਨਸਾਨ ਹੋ ਜਿਨ੍ਹਾਂ ਨੇ ਕਾਫੀ ਰਚਨਾਵਾਂ ਸਾਡੇ ਪਾਠਕਾਂ ਨੂੰ ਦਿੱਤੀਆਂ ਨੇ ਇਹ ਇਹ ਜ਼ਿੰਦਗੀ ਜਿਹੜੀ ਆਪਣੀ ਜੌਬ ਦੇ ਦੌਰਾਨ ਜਾਂ ਜਿਹੜੀ ਆਫਟਰ ਰਿਟਾਇਰਮੈਂਟ ਦੀ ਗੱਲ ਕਰ ਲਈਏ ਸੇਵਾ ਮੁਕਤੀ ਦੇ ਬਾਅਦ ਜਿਹੜੀ ਜ਼ਿੰਦਗੀ ਹੁੰਦੀ ਹੈ ਇਹਨਾਂ ਜ਼ਿੰਦਗੀਆਂ ਦੇ ਵਿੱਚ ਇਸ ਜ਼ਿੰਦਗੀ ਜੀਣ ਦੇ ਢੰਗ ਵਿੱਚ ਤੁਸੀਂ ਕੀ ਫਰਕ ਵੇਖਦੇ ਹੋ ਕਿ ਨੌਕਰੀ ਦੌਰਾਨ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਹੈ ਜਾਂ ਸੇਵਾ ਮੁਕਤੀ ਤੋਂ ਬਾਅਦ ਇਸ ਵਿੱਚ ਕੀ ਬਦਲਾਅ ਆਦਾ ਦੇਖੋ ਜੀ ਨੌਕਰੀ ਦੇ ਦੌਰਾਨ ਸਾਨੂੰ ਜਿਸ ਜੌਬ ਤੇ ਵੀ ਲੱਗੇ ਹੁੰਦੇ ਆ ਉਸ ਪ੍ਰਤੀ ਪ੍ਰਤੀਬੱਧ ਹੋਣਾ ਚਾਹੀਦਾ ਹੈ ਨੌਕਰੀ ਨੂੰ ਰੌਚਿਕ ਬਣਾ ਕੇ ਉਸ ਨੂੰ ਆਪਣੀ ਡਿਊਟੀਆਂ अनुसही ढंग ਨਾਲ ਨਿਭਾਉਣਾ ਚਾਹੀਦਾ ਹੈ ਜੋ ਆਦਮੀ ਆਪਣੇ ਵਿੱਚ ਕੁਝ ਟੈਲੈਂਟ ਰੱਖਦੇ ਹਨ ਉਸ ਨੂੰ ਵੀ ਸਮਾਂ ਦੇਣਾ ਚਾਹੀਦਾ ਹੈ ਜਿਸ ਨੇ ਕੁਝ ਨੌਕਰੀ ਦੇ ਦੌਰਾਨ ਕਰਨਾ ਹੈ ਉਹ ਸਮਾਂ ਕਾਢ ਹੀ ਲੈਂਦਾ ਹੈ بےਚੱਕ ਉਹ ਕਿਸੇ ਸੇਵਾ ਮੁਕਤੀ ਦੇ ਟਾਈਮ ਤੇ ਕੱਢਣਾ ਹੋਵੇ ਕਿਸੇ ਦੀ ਪ੍ਰਮੋਸ਼ਨ ਹੋਵੇ ਉਸ ਦੇ ਸਮੇਂ ਬੋਲਣਾ ਹੋਵੇ ਨੌਕਰੀ ਦੇ ਦੌਰਾਨ ਆਪਾਂ ਆਪਣੇ ਟੈਲੈਂਟ ਨੂੰ ਵਧਾ ਫਲਾ ਸਕਦੇ ਹਾਂ ਇਹ ਆਪਣੇ ਹੱਥ ਵਿੱਚ ਹੁੰਦਾ ਹੈ ਨਿਕਰ ਨੌਕਰੀ ਨੂੰ ਪਹਿਲੇ ਨੰਬਰ ਤੇ ਰੱਖਦੇ ਹੋਇਆ ਉਸ ਨੂੰ ਜੋ ਅਸੀਂ ਤਨਖਾਹ ਲੈਂਦੇ ਹਾਂ ਉਸ ਨੂੰ ਬਾਖੋ ਵੀ ਨਿਭਾਉਣਾ ਚਾਹੀਦਾ ਹੈ ਜੀ ਤੇ ਜਿਹੜੀ ਆਫਟਰ ਰਿਟਾਇਰਮੈਂਟ ਵਾਲੀ ਜ਼ਿੰਦਗੀ ਆ ਜਾਂਦੀ ਹੈ ਸੇਵਾ ਮੁਕਤੀ ਤੋਂ ਬਾਅਦ ਵਾਲੀ ਜ਼ਿੰਦਗੀ ਆ ਜਾਂਦੀ ਹੈ ਉਸ ਵਿੱਚ ਬਹੁਤ ਸਾਰਾ ਬਦਲਾਅ ਆਉਂਦਾ ਹੈ ਉਸ ਬਦਲਾਅ ਨੂੰ ਤੁਸੀਂ ਕਿਵੇਂ ਦੇਖਦੇ ਹੋ ਸੇਵਾ ਮੁਕਤੀ ਦੇ ਮੈਂ ਸਮਝਦਾ ਹਾਂ 8-10 ਸਾਲ ਘੱਟੋ-ਘੱਟ ਅਜੇ ਹੁੰਦੇ ਹਨ ਜੀ ਜਿਸ ਵਿੱਚ ਤੁਸੀਂ ਆਪਣੇ ਸਾਰੇ ਸ਼ੌਕ ਪੂਰੇ ਕਰ ਸਕਦੇ ਹੋ ਜੋ ਤੁਸੀਂ ਨੌਕਰੀ ਦੇ ਦੌਰਾਨ ਨਹੀਂ ਕਰ ਸਕਦੇ ਜੀ ਸੇਵਾ ਮੁਕਤੀ ਤੋਂ ਬਾਅਦ ਤੁਹਾਡੇ ਤੇ ਕੋਈ ਸਰਕਾਰੀ ਬੋਝ ਨਹੀਂ ਹੁੰਦਾ ਤੁਸੀਂ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਕਿਸੇ ਵੀ ਤਰ੍ਹਾਂ ਪੂਰਾ ਕਰ ਸਕਦਾ ਹੈ ਕੋਈ ਕਿਸਾਨੀ ਨਾਲ ਸ਼ੌਂਕ ਪੂਰਾ ਕਰ ਸਕਦਾ ਹੈ ਜੀ ਜੇ ਕੋਈ ਰਾਈਟਰ ਹੈ ਉਹ ਆਪਣੀਆਂ ਲਿਖਤਾਂ ਰਹੀਂ ਕਰ ਸਕਦਾ ਹੈ ਜੇ ਕੋਈ ਗਾਇਕ ਹੈ ਉਹ ਗਾ ਸਕਦਾ ਹੈ ਜੇ ਕਿਸੇ ਦਾ ਵੀ ਕੋਈ ਜਿਸ ਵਿੱਚ ਉਹ ਸ਼ੌਕ ਰੱਖਦਾ ਹੈ ਉਸ ਨੂੰ ਸੇਵਾ ਮੁਕਤੀ ਤੋਂ ਬਾਅਦ ਕਰਨ ਦਾ ਪੂਰਾ ਪੂਰਾ ਸਮਾਂ ਮਿਲਦਾ ਹੈ ਤੇ ਮੇਰਾ ਖਿਆਲ ਹੈ ਵੀ ਉਹ ਸਭ ਨੂੰ ਉਹ ਇੰਜੋਏ ਕਰਨਾ ਚਾਹੀਦਾ ਹੈ ਜੀ ਇਹ ਸ਼ੌਕ ਪਰਮਾਤਮਾ ਸਾਡੇ ਵਿੱਚ ਪਰ ਦਿੰਦਾ ਹੈ ਜਦੋਂ ਬੱਚਾ ਪੈਦਾ ਹੁੰਦਾ ਹੈ ਉਸ ਵਿੱਚ ਕੋਈ ਨਾ ਕੋਈ ਤਾਂ ਗੁਣ ਆ ਹੀ ਜਾਂਦਾ ਹੈ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਉਸ ਬੱਚੇ ਨੇ ਬਚਪਨ ਤੋਂ ਬਾਅਦ ਜਵਾਨੀ ਦੇ ਵਿੱਚ ਜਾਣਾ ਹੈ ਫਿਰ ਬੁਢਾਪੇ ਦੇ ਵਿੱਚ ਪਹੁੰਚਣਾ ਹੈ ਤਾਂ ਉਹ ਸ਼ੌਕ ਨੂੰ ਅਸੀਂ ਕਿਸ ਤਰ੍ਹਾਂ ਵਧਾ ਸਕਦੇ ਹਾਂ ਉਸ ਸ਼ੌਕ ਨੂੰ ਅਸੀਂ ਕਿਸ ਤਰ੍ਹਾਂ ਨਖਾਰ ਸਕਦੇ ਜਿਵੇਂ ਕਿ ਮੈਂ ਆਪਣੀ ਨਿੱਜੀ ਗੱਲ ਕਰਾਂ ਜੀ ਮੈਨੂੰ ਲਿਖਣ ਦਾ ਸ਼ੌਕ ਬਚਪਨ ਤੋਂ ਹੀ ਸੀ ਸਕੂਲ ਟਾਈਮ ਤੋਂ ਹੀ ਸੀ 1967 ਦੀ ਜੰਗ ਦੇ ਦੌਰਾਨ 20 ਵਿਏਟਨਾਮ ਦੀ ਜੰਗ ਦੇ ਦੌਰਾਨ 71 ਦੀ ਜੰਗ ਦੇ ਦੌਰਾਨ ਮੈਂ ਛੋਟੀ ਛਵਟੀਆਂ ਕਵਤਾਾਂ ਮ ਲਿਖਦਾ ਰਿਹਾ ਜੀ ਸਰਵਿਸ ਦੇ ਵਿੱਚ ਆਉਣ ਤੋਂ ਬਾਅਦ ਉਹ ਸ਼ੌਕ ਇੰਨਾ ਵੱਧ ਫੁੱਲ ਨਹੀਂ ਸਕਿਆ ਕਿਉਂਕਿ ਡਿਊਟੀ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪਈਆਂ ਜੀ ਤੇ ਪਰਿਵਾਰਕ ਜ਼ਿੰਮੇਵਾਰੀਆਂ ਵੀ ਨਿਭਾਈਆਂ ਹਮ ਲੇਕਿਨ ਰਿਟਾਇਰਮੈਂਟ ਤੋਂ ਬਾਅਦ ਮੈਂ ਉਹ ਛੁਪਿਆ ਹੋਇਆ ਆਪਣਾ ਟੈਲੈਂਟ ਦੁਆਰਾ ਜਾਗਰਿਤ ਕੀਤਾ ਜੀ ਅ ਮੈਨੂੰ ਲਿਖਣ ਦਾ ਸ਼ੌਕ ਸੀ ਖਾਸ ਕਰਕੇ ਇੱਕ ਘਟਨਾ ਐਸੀ ਹੈ ਜਿੱਥੋਂ ਮੇਰਾ ਇਹ ਜੀਵਨ ਸ਼ੁਰੂ ਹੋਇਆ ਲਿਖਣ ਦਾ ਜੀ ਜੀ ਤੇ ਫਿਲਮਾਂ ਬਣਾਉਣ ਦਾ ਜੀ ਜੀ ਕਿ ਮੈਂ ਇੱਕ ਛੋਟ ਲੰਬੀ ਕਵਿਤਾ ਲਿਖੀ ਜਿਸ ਦਾ ਨਾਮ ਸਕੀਨਾ ਸਕੀਨ ਸਕੀਨਾ ਨਾਮ ਦੀ ਇੱਕ ਵੱਡੀ ਕਵਿਤਾ ਲਿਖੀ ਜੀ ਉਸ ਕਵਿਤਾ ਨੂੰ ਮੈਂ ਕਿਉਂਕਿ ਕਈ ਸਹਿਤ ਸੁਭਾਵ ਨਾਲ ਜੁੜਿਆ ਹੋਇਆ ਹਾਂ ਹੂੰ ਹੂੰ ਉਹਦੇ ਵਿੱਚ ਪੜ੍ਹ ਕੇ ਸੁਣਾਇਆ ਮੈਨੂੰ ਬੜਾ ਚੰਗਾ ਹਲਾਰਾ ਮਿਲਿਆ ਅਤੇ ਮੈਨੂੰ ਮੇਰੇ ਸਹਿਤਕਾਰ ਦੋਸਤਾਂ ਨੇ رائے ਵੀ ਦਿੱਤੀ ਵੀ ਇਸ ਤੇ ਕੋਈ ਸ਼ਾਰਟ ਫਿਲਮ ਲਗੂ ਫਿਲਮ ਬਣਾਈ ਜਾਵੇ ਜੀ ਉਸ ਕੀਨਾ ਨਾਮ ਦੀ ਫਿਲਮ ਇੱਕ ਛੋਟੀ ਅਨਾਥ ਕੁੜੀ ਦੇ ਆਧਾਰਿਤ ਹੈ ਹੂੰ ਜੋ ਕਚਰਾ ਕੂੜਾ ਵੇਸਟੇਜ ਜੋ ਆਪਾਂ ਸੁੱਟ ਦਿੰਦੇ ਹਾਂ ਉਹ ਚੁੱਕਦੀ ਹੈ ਜੀ ਤੇ ਗੁਜ਼ਾਰਾ ਕਰਦੀ ਹੈ ਉਸ ਫਿਲਮ ਨੂੰ ਫਿਲਮਾਉਣ ਤੋਂ ਬਾਅਦ ਮੇਰੀ ਜ਼ਿੰਦਗੀ ਵਿੱਚ ਬਹੁਤ ਵੱਡਾ ਮੋੜ ਆਇਆ ਜੀ ਤੁਸੀਂ ਕਈ ਦਹਾਕੇ ਪਬਲਿਕ ਹੈਲਥ ਡਿਪਾਰਟਮੈਂਟ ਦੇ ਵਿੱਚ ਸੇਵਾਵਾਂ ਨਿਭਾਈਆਂ ਹਨਾ ਜੀ ਬਤੌਰ ਐਸ ਡੀਓ ਰਿਟਾਇਰ ਵੀ ਹੋਏ ਕਈ ਤਰ੍ਹਾਂ ਦੇ ਲੋਕਾਂ ਦੇ ਵਿੱਚ ਵਿਚਰੇ ਉਸ ਤੋਂ ਬਾਅਦ ਇੱਕ ਦੌਰ ਆਇਆ ਜਿੱਥੇ ਸੇਵਾ ਮੁਕਤੀ ਤੁਹਾਡੀ ਹੋਈ ਸੇਵਾ ਮੁਕਤੀ ਤੋਂ ਬਾਅਦ ਇੱਕ ਕਹਿੰਦੇ ਨੇ ਕਿ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ ਤੇ ਉਹ ਚਾਹੇ ਕੁਦਰਤ ਦੇ ਨਾਲ ਅਸੀਂ ਜ਼ਿੰਦਗੀ ਮਾਣੀਏ ਚਾਹੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਸਮਾਂ ਬਤੀਤ ਕਰਾਈਏ ਜਾਂ ਆਪਣੇ ਸ਼ੌਕਾਂ ਨੂੰ ਪਾਲੀਏ ਤੁਸੀਂ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਕੋਈ ਬਦਲਾਅ ਦੇਖਿਆ ਮੈਨੂੰ ਰਿਟਾਇਰਮੈਂਟ ਤੋਂ ਬਾਅਦ ਨਿੱਜੀ ਜ਼ਿੰਦਗੀ ਦੇ ਵਿੱਚ ਬਹੁਤ ਸੁਖਾਵਾਂ ਮਾਹੌਲ ਬਣਿਆ ਜੀ ਜੋ ਘਰੇਲੂ ਕੰਮ ਹੈ ਕਦੇ-ਕਦੇ ਲੇਟ ਕਰਿਆ ਕਰਦਾ ਸਾਂ ਉਹ ਬੜੇ ਟਾਈਮਸ ਹੋਣ ਲੱਗੇ ਬਾਹਰ ਬੈਠੇ ਬੱਚੇ ਜੋ ਵਿਦੇਸ਼ਾਂ ਵਿੱਚ ਬੈਠੇ ਹਨ ਉਹਨਾਂ ਨਾਲ ਖੁੱਲ ਕੇ ਗੱਲਾਂ ਕਰਦਾ ਰਿਹਾ ਤੇ 2-3 ਵਾਰ ਮੈਨੂੰ ਮੇਰੀ ਛੋਟੀ ਬੇਟੀ ਆਸਟ੍ਰੇਲੀਆ ਵਿੱਚ ਹੈ ਉਹਨਾਂ ਕੋਲੇ ਜਾਣ ਦਾ ਮੌਕਾ ਮਿਲਿਆ ਜੀ ਬੇਟਾ ਜੋ ਮੇਰਾ ਡਾਕਟਰ ਹੈ ਅਮਰੀਕਾ ਹੈ ਉਹਨਾਂ ਕੋਲੇ ਜਾਣ ਦਾ ਮੌਕਾ ਮਿਲਿਆ ਜੋ ਕਿ ਨੌਕਰੀ ਦੇ ਦੌਰਾਨ ਨਹੀਂ ਸੀ ਮਿਲ ਸਕਦਾ ਹੂੰ ਤੇ ਇਸ ਤਰ੍ਹਾਂ ਕਰਕੇ ਜੋ ਮੁਕਤੀ ਸੇਵਾ ਮੁਕਤੀ ਤੋਂ ਬਾਅਦ ਦਾ ਜੀਵਨ ਹੁੰਦਾ ਹੈ ਮੇਰੇ ਖਿਆਲ ਉਹ ਬਹੁਤ ਸੁਖਮਈ ਹੁੰਦਾ ਹੈ ਉਸ ਨੂੰ ਆਪਣਾ ਟੰਗ ਬੰਦੇ ਨੇ ਆਪ ਪਲਾਨ ਕਰਨਾ ਹੁੰਦਾ ਹੈ ਜੀ ਜੀ ਅਸੀਂ ਸੇਵਾ ਮੁਕਤੀ ਦੀ ਜੋ ਗੱਲ ਕਰ ਰਹੇ ਹਾਂ ਉਸ ਤੋਂ ਬਾਅਦ ਦੀ ਜ਼ਿੰਦਗੀ ਦੀ ਗੱਲ ਕਰ ਰਹੇ ਹਾਂ ਉਸ ਉੱਤੇ ਮੈਂ ਗੱਲਬਾਤ ਜਾਰੀ ਰੱਖਾਂਗਾ ਕਿਉਂਕਿ ਕਈ ਤਰ੍ਹਾਂ ਦੇ ਮੇਰੇ ਮਨ ਦੇ ਵਿੱਚ ਵੀ ਸਵਾਲ ਨੇ ਕਈ ਵਿਚਾਰ ਨੇ ਅਸੀਂ ਸਾਂਝੇ ਕਰਨੇ ਨੇ ਪਰ ਤੁਸੀਂ ਇੱਕ ਸਾਹਿਤਕਾਰ ਹੋ ਇੱਕ ਕਹਾਣੀਕਾਰ ਹੋ ਇੱਕ ਲਘੂ ਨਿਰਦੇਸ਼ਕ ਹੋ ਤੇ ਕਈ ਕਿਤਾਬਾਂ ਤੁਸੀਂ ਪਾਠਕਾਂ ਨੂੰ ਦੇ ਚੁੱਕੇ ਹੋ ਤੇ ਅਸੀਂ ਚਾਹੁੰਦੇ ਹਾਂ ਕਿ ਉਹਨਾ ਤੁਹਾਡੇ ਕੋਲੋਂ ਕੋਈ ਕਵਿਤਾ ਦਾ ਰੰਗ ਅੱਜ ਪ੍ਰੋਗਰਾਮ ਗੱਲਾਂ ਤੇ ਗੀਤਾਂਹੀਂ ਸੁਣਿਆ ਜਾਵੇ ਤਾਂ ਜੋ ਸਟੂਡੀਓ ਦੇ ਰਾਹੀਂ ਤੁਹਾਡੀ ਸਾਹਿਤ ਵਾਲੀ ਝਲਕ ਵੀ ਸਾਡੇ ਦਰਸ਼ਕਾਂ ਤੱਕ ਪਹੁੰਚੇ ਹਾਂਜੀ ਜ਼ਰੂਰ ਜੀ ਮੈਂ ਸੇਵਾ ਮੁਕਤੀ ਤੋਂ ਬਾਅਦ ਸਿੱਕ ਇਤਿਹਾਸ ਨਾਲ ਸੰਬੰਧਿਤ ਜੀ ਇੱਕ ਪੁਸਤਕ ਬਾ ਬਾਣੀਆਂ ਕਹਾਣੀਆਂ ਲਿਖੀ ਜੀ ਜੀ ਜਿਸ ਦਾ ਮਨੋਰਥ ਇਹ ਸੀ ਕਿ ਮੇਰਾ ਮੰਨਣਾ ਸੀ ਕਿ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਜੀ ਸਿੱਖ ਇਤਿਹਾਸ ਸਿੱਖ ਗੁਰੂਆਂ ਦੀ ਜੀਵਨੀ ਤੋਂ ਬਹੁਤੀ ਜਾਣੂ ਨਹੀਂ ਹੈ ਇੱਕ ਛੋਟੀ ਸੰਖੇਪ ਪੁਸਤਕ ਹੈ ਜਿਸ ਨੂੰ ਥੋੜੇ ਸਮੇਂ ਵਿੱਚ ਪੜ੍ਹ ਕੇ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ ਜੀ ਉਸ ਤੋਂ ਬਾਅਦ ਮੈਂ ਇੱਕ ਹੋਰ ਪੁਸਤਕ ਕਾਵ ਸੰਗ੍ਰਹਿ ਜਿਸ ਵਿੱਚ ਗਜ਼ਲਾਂ ਕਵਤਾਂਾਂ ਤੇ ਹੈਕੂ ਹਨ ਜਿਸ ਦਾ ਨਾਮ ਕੱਚ ਦੀ ਚਾਂਜਰ ਹੈ ਉਹ ਲਿਖੀ ਮੈਂ ਉਸ ਪੁਸਤਕ ਵਿੱਚੋਂ ਭਾਵੇਂ ਮੈਨੂੰ ਤਾਂ ਉਹ ਸਾਰੀਆਂ ਕਵਿਤਾਵਾਂ ਕਹਾਣੀਆਂ ਅੱਛੀਆਂ ਲੱਗਦੀਆਂ ਹਨ ਪਰ ਉਸ ਵਿੱਚ ਮੈਂ ਤੁਹਾਨੂੰ ਦੋ ਕਵਿਤਾਵਾਂ ਜੋ ਮੇਰੇ ਮਨ ਨੂੰ ਚੰਗੀਆਂ ਲੱਗਦੇ ਹਨ ਉਹ ਤੁਹਾਨੂੰ ਸੁਣਾਉਣਾ ਹਾਂ ਜੀ ਜੀ ਕੁਦਰਤ ਨੂੰ ਪਿਆਰ ਕਰਦਾ ਹਾਂ ਇਸ ਕਰਕੇ ਮੈਂ ਇੱਕ ਕਵਿਤਾ ਤੁਹਾਡੇ ਨਜ਼ਰ ਰੁੱਖਾਂ ਤੇ ਲਿਖੀ ਨੂੰ ਕਰ ਰਿਹਾ ਹਾਂ ਕੀ ਬਾਤ ਵਾਹਗੇ ਫਕੀਰਾਂ ਚੁੱਪ ਖੜੋਤਾ ਹਮ ਵੱਡ ਮੁੱਲਾ ਅਧਿਕਾਰੀ ਹੈ ਹਮ ਭਵਨਾਾਂ ਦੀ ਬੰਤਰ ਵਿੱਚ ਤਾਂ ਡਾਡੀ ਹੀ ਕਾਰਗੁਜ਼ਾਰੀ ਹੈ ਵਾਹ ਠੰਡੀ ਛਾਂ ਦੇ ਬਦਲੇ ਵੀ ਚੁੱਲ੍ਹੇ ਦੀ ਅਗਨੀ ਬਣ ਜਾਵੇ ਹਮ ਬੰਦੇ ਦਾ ਉਹ ਸਾਥ ਨਿਭਾਏ ਖਾਕ ਬਣੇ ਹਰ ਵਾਰੀ ਹੈ ਜੀ ਹਵਾ ਵਗਣ ਤੇ ਲੋਰੀਆਂ ਦਿੰਦਾ ਹਮ ਹਵਾ ਵਗਣ ਤੇ ਲੋਰੀਆਂ ਦਿੰਦਾ ਹਰਕੇ ਪਹਿਰੇਦਾਰ ਦੀ ਸੇਂਤ ਦਾਨ ਕਰੇ ਆਕਸੀਜਨ ਦਾ ਵਾਹ ਦਾਨ ਬੜਾ ਗੁਣਕਾਰੀ ਹੈ ਹਮ ਮਾਰੂ ਝੱਖੜ ਵਿੱਚ ਝਾਲਾਂ ਚੱਲਦਾ ਮਾਰੂ ਝੱਖੜ ਵਿੱਚ ਝਾਲਾਂ ਚੱਲਦਾ ਪੈਰ ਜਮਾਈ ਰੱਖਦਾ ਵਾਹ ਮਿੱਟੀ ਦੀ ਸੰਭਾਲ ਕਰੇ ਖੁਦ ਖੁਰਜਣੋਂ ਇਨਕਾਰੀ ਹੈ ਵਾਹ 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 ਪ੍ਰਦੂਸ਼ਣ ਵਿੱਚ ਮਹਿਕ ਖਿਲਾਰੇ ਪ੍ਰਦੂਸ਼ਣ ਵਿੱਚ ਮਹਿਕ ਖਿਲਾਰੇ ਪ੍ਰਦੂਸ਼ਣ ਵਿੱਚ ਮਹਿਕ ਖਿਲਾਰੇ ਤਾਪਮਾਨ ਵੀ ਘਟ ਕਰੇ ਵਾਹ ਜਨਮੇ ਔਸ਼ਧੀਆਂ ਨੂੰ ਅੰਦਰ ਰੱਖੀ ਸਾਹਬ ਪਟਾਰੀ ਹੈ ਵਾਹ ਜੀ ਪੰਛੀ ਦੀ ਪਨਾਹ ਘਾਰ ਬਣੇ ਹਮ ਪੰਛੀ ਦੀ ਪਨਾਹ ਘਾਰ ਬਣੇ ਪੰਛੀ ਦੀ ਪਨਾਹ ਘਾਰ ਬਣੇ ਤੇ ਗੀਤ ਸੁਣੇ ਅਲਬੇਲੇ ਹਮ ਧਰਤੀ ਉੱਤੇ ਰਹਿ ਕੇ ਸਿੱਧੂ ਇਸ ਦੀ ਉੱਚ ਅਡਾਰੀ ਹੈ ਧਰਤੀ ਉੱਤੇ ਰਹਿ ਕੇ ਇਸ ਦੀ ਉੱਚ ਅਡਾਰੀ ਇਹ ਵਾਹ ਕੀ ਬਾਤ ਹੈ ਸਿੱਧੂ ਸਾਹਿਬ ਕਿ ਮੈਕਾਂ ਜੇਕਰ ਚਾਹੁੰਦੇ ਹੋ ਤਾਂ ਬੱਚਿਆਂ ਨੂੰ ਸੰਸਕਾਰ ਦਿਓ ਹੱਥਾਂ ਦੇ ਵਿੱਚ ਕਲਮ ਦਿਓ ਨਾ ਵੱਡੀ ਲੰਮੀਕਾਰ ਦਿਓ ਬੁਲਟ ਪਟਾਕੇ ਦੱਸੋ ਨਾ ਹੀ ਸਾਈਕਲ ਜਾਂ ਸੰਸਾਰ ਦਿਓ ਰੁੱਖ ਲਗਾਓ ਰੀਤਾਂ ਤੋਰੋ ਹੱਲਾਸ਼ੇਰੀ ਯਾਰ ਦਿਓ ਗੱਲ ਤੇ ਹੱਲਾਸ਼ੇਰੀ ਦੀ ਹੈ ਮਾਪਿਆਂ ਨੇ ਕਿਸ ਬੰਨੇ ਤੋੜਨਾ ਹੈ ਰੁੱਖ ਬਹੁਤ ਵੱਡਾ ਕੁਦਰਤ ਦਾ ਐਸਾ ਉਪਹਾਰ ਹੈ ਜਿਸ ਦੇ ਰਾਹੀਂ ਅਸੀਂ ਕੁਦਰਤ ਦੇ ਨਾਲ ਜੁੜਦੇ ਹਾਂ ਜਿਸ ਦੇ ਰਾਹੀਂ ਪ੍ਰਦੂਸ਼ਣ ਦੂਰ ਹੁੰਦਾ ਹੈ ਜਿਸ ਦੇ ਨਾਲ ਵਾਤਾਵਰਨ ਦੇ ਵਿੱਚ ਇੱਕ ਇਹ ਬਹੁਤ ਵਧੀਆ ਬੈਲੈਂਸ ਬਣ ਕੇ ਰਹਿੰਦਾ ਹੈ ਅਸੀਂ ਗੱਲਬਾਤ ਕਰਾਂਗੇ ਤੁਹਾਡੇ ਸ਼ੌਕ ਦੀ ਵੀ ਗੱਲਬਾਤ ਕਰਾਂਗੇ ਅਸੀਂ ਤੁਹਾਡੀਆਂ ਹੋਰ ਰਚਨਾਵਾਂ ਵੀ ਸੁਣੀਆਂ ਨੇ ਤੇ ਸੇਵਾ ਮੁਕਤੀ ਦੀ ਜ਼ਿੰਦਗੀ ਦੀ ਗੱਲ ਕਰਦਾ ਹਾਂ ਸੇਵਾ ਮੁਕਤੀ ਵਿੱਚ ਕੀ ਹੁੰਦਾ ਹੈ ਕਿ ਕਈ ਵਾਰੀ ਰਿਟਾਇਰਡ ਬੰਦਾ ਨਾ ਕਈ ਤਰ੍ਹਾਂ ਦੇ ਇਹ 네ਗੇਟਿਵ ਥਾਟਸ ਸਾਡੇ ਮਨ ਵਿੱਚ ਆ ਜਾਂਦੇ ਹਨ ਕਈ ਤਰ੍ਹਾਂ ਦੇ ਨਕਾਰਾਤਮਕ ਵਿਚਾਰ ਹੁੰਦੇ ਨੇ ਜੋ ਸਾਨੂੰ ਇੰਜ ਲੱਗਦਾ ਹੈ ਕਿ ਸ਼ਾਇਦ ਮੈਂ ਰਿਟਾਇਰ ਹੋ ਗਿਆ ਹਾਂ ਹੁਣ ਮੈਂ ਵਿਹਲਾ ਹੋ ਗਿਆ ਹਾਂ ਮੈਂ ਕੋਈ ਕੰਮ ਨਹੀਂ ਕਰ ਸਕਦਾ ਤੁਸੀਂ ਇਸ ਗੱਲ ਨਾਲ ਕਿੰਨਾ ਕਿ ਸਹਿਮਤ ਹੋ ਨੌਕਰੀ ਕਰਦੇ ਸਮੇਂ ਜੇ ਅਸੀਂ ਆਪਣੀ ਨੌਕਰੀ ਨੂੰ ਸੰਤੋਸ਼ਟੀ ਨਾਲ ਕਰਦੇ ਹਾਂ ਜੀ ਸੈਟੀਸਫੈਕਟਰੀ ਨੌਕਰੀ ਕਰਦੇ ਹਾਂ ਤਾਂ ਸਾਨੂੰ ਨੌਕਰੀ ਦੌਰਾਨ ਵੀ ਕੋਈ ਨੈਗੇਟਿਵਿਟੀ ਨਹੀਂ ਹੁੰਦੀ ਬਲਕਿ ਤੁਹਾਡੇ ਸਬੋਡੀਨੇਟ ਤੁਹਾਡੇ ਸੀਨੀਅਰ ਤੁਹਾਨੂੰ ਹੌਸਲਾ ਦਿੰਦੇ ਹਨ ਤੁਹਾਡੇ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਆਪਣੀ ਡਿਊਟੀ ਨਿਭਾ ਰਿਹਾ ਹਾਂ ਜੋ ਮੈਂ ਸੈਲਰੀ ਲੈ ਰਿਹਾ ਹਾਂ ਉਹ ਮੈਂ ਠੀਕ ਲੈ ਰਿਹਾ ਹਾਂ ਅਤੇ ਸੇਵਾ ਮੁਕਤੀ ਤੋਂ ਬਾਅਦ ਤਾਂ 네ਗੇਟਿਵਿਟੀ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਤੁਹਾਡੇ ਕੋਲੇ ਸਮਾਂ ਹੁੰਦਾ ਹੈ ਜੀ ਤੁਸੀਂ ਸੋਸ਼ਲ ਜੌਬ ਕਰ ਸਕਦੇ ਹੋ ਗਲੀ ਮਹੱਲੇ ਦੀ ਕੋਈ ਪ੍ਰੋਬਲਮ ਹੈ ਉਸ ਨੂੰ ਸੋਲਵ ਕਰ ਸਕਦੇ ਹੋ ਸਿਹਤ ਸੁਭਾਵਾ ਵਿੱਚ ਜਾ ਸਕਦੇ ਹੋ ਚੰਗੀਆਂ ਤੁਸੀਂ ਮੀਟਿੰਗਾਂ ਅਟੈਂਡ ਕਰ ਸਕਦੇ ਹੋ ਅਖਬਾਰ ਪੜ੍ਹ ਸਕਦੇ ਹੋ ਵਧੀਆ ਸਾਹਿਤ ਪੜ੍ਹ ਸਕਦੇ ਹੋ ਲੇਖ ਸਕਦੇ ਹੋ ਇਸ ਕਰਕੇ 네ਗੇਟਿਵਿਟੀ ਕਦੇ ਵੀ ਮਨ ਵਿੱਚ ਨਹੀਂ ਲਿਆਉਣੀ ਚਾਹੀਦੀ 네ਗੇਟਿਵਿਟੀ ਹਮੇਸ਼ਾ ਮਾਰੂ ਹੁੰਦੀ ਹੈ ਉਹ ਆਦਮੀ ਨੂੰ ਡਿਪਰੈਸ਼ਨ ਤੱਕ ਲੈ ਜਾਂਦੀ ਹੈ ਜੀ ਇਸ ਕਰਕੇ ਪੋਜਿਟਿਵ ਹੀ ਬੰਦੇ ਨੂੰ ਰਹਿਣਾ ਚਾਹੀਦਾ ਜੀ ਤੇ ਸੇਵਾਮੁਕਤ ਜ਼ਿੰਦਗੀ ਨੂੰ ਅਸੀਂ ਲਤਫ ਮਈ ਕਿਵੇਂ ਬਣਾ ਸਕਦੇ ਹਾਂ ਇਸ ਜੋ ਸਾਡੀ ਜ਼ਿੰਦਗੀ ਅਨਮੋਲ ਹੈ ਇਸ ਨੂੰ ਅਸੀਂ ਅਨਮੋਲ ਕਿਵੇਂ ਰੱਖ ਸਕਦੇ ਜਿਤ ਤੱਕ ਮੇਰਾ ਆਪਣਾ ਸਬੰਧ ਹੈ ਮੈਂ ਸੇਵਾਮੁਕਤੀ ਤੋਂ ਬਾਅਦ ਆਪਣੇ ਆਪ ਦੇ ਵਿੱਚ ਰੌਚਕਤਾ ਸਿਹਤ ਨੂੰ ਲਿਖਣ ਬੋਲਣ ਅਤੇ ਫਿਲਮਾਂ ਦੇ ਰੂਪ ਵਿੱਚ ਲੈ ਕੇ ਆਇਆ ਹਾਂ ਜੀ ਸੇਵਾਮੁਕਤੀ ਤੋਂ ਬਾਅਦ ਤੁਹਾਡੇ ਕੋਲ ਸਮਾਂ ਹੁੰਦਾ ਤੁਸੀਂ ਰਿਸ਼ਤੇਦਾਰੀਆਂ ਚ ਵੀ ਜਾ ਸਕਦੇ ਹੋ ਜੀ ਅ ਮੈਂ ਜੋ ਸਕੀਨਾ ਫਿਲਮ ਬਣਾਈ ਉਸ ਤੋਂ ਇਲਾਵਾ ਜੀ ਜੀ ਅ ਪੰਜਾਬ ਦੀ ਜੋ ਕਿਸਾਨੀ ਹੈ ਕਿਸਾਨ ਦੀਆਂ ਦਾਸਤਾਂ ਸਮਾਲ ਫਾਰਮਰ ਮਾਰਜਨਲ ਫਾਰਮਰ ਦੇ ਉੱਤੇ ਜੋ ਕਿ ਅੱਜ ਖੁਦਕੁਸ਼ੀ ਕਰ ਰਹੇ ਹਨ ਕਰਜ਼ੇ ਦੀ ਮਾਰ ਹਟਾਏ ਹਨ ਉਸ ਨੂੰ ਦਰਸਾਉਂਦੀ ਹੋਈ ਇੱਕ ਫਿਲਮ ਜੀਵਨ ਦੀ ਸ਼ਤਰੰਜ ਬਣਾਈ ਜੀ ਜੀਵਨ ਦੀ ਸ਼ਤਰੰਜ ਜਿਹੜੀ ਕਿਸਾਨ ਦੀ ਹਾਲਤ ਨੂੰ ਦਰਸਾਉਂਦੀ ਹੈ ਜਿਹਦੇ ਵਿੱਚ ਥੋੜਾ ਬਤ ਉਹ ਖੁਦ ਵੀ ਜ਼ਿੰਮੇਵਾਰ ਹੈ ਆਪਣੀ ਇੱਛਾਤ ਤੋਂ ਬਾਹਰ ਦਾ ਖਰਚਾ ਕਰ ਬੈਠਦਾ ਹੈ ਕੁਝ ਕੁਦਰਤੀ ਆਫਤਾਂ ਕਰਕੇ ਉਸਦੀ ਫਸਲ ਦਾ ਨੁਕਸਾਨ ਹੋ ਜਾਂਦਾ ਹੈ। ਜੀ। ਕੁਝ ਸਰਕਾਰਾਂ ਨੂੰ ਵੀ ਮੈਂ ਕਹਿੰਦਾ ਹਾਂ ਕਿ ਉਚਿਤ ਭਾਅ ਜੀ ਦਿੱਤਾ ਜਾਵੇ ਤਾਂ ਜਿਹਹਿਆਂ ਘਟਰਾਮਾ ਹੋਣ ਤੋਂ ਰੋਕਿਆ ਜਾ ਸਕੇ। ਰਲਮਾ ਮੇਲਮਾ ਹੰਗਾਰਾ ਹੈ ਇਸ Rajasthan ਦੇ ਵਿੱਚ। ਜੀ। ਅ ਇਸੇ ਫਿਲਮ ਨੂੰ ਬਣਾਉਣ ਤੋਂ ਪਹਿਲਾਂ ਮੈਂ ਆਸਟ੍ਰੇਲੀਆ ਜਾਦ ਗਿਆ ਤਾਂ ਜੀਵਨ ਦੀ ਸ਼ਤਰੰਜ ਅ ਕਵਤਾ ਮੈਂ ਉੱਥੇ ਜਾ ਕੇ ਲਿਖੀ ਸੀ। ਉਹ ਕਿਸੇ ਮੈਗਜ਼ੀਨ ਵਿੱਚ ਮੈਂ ਦੇਤੀ ਜੀ ਤੇ ਉੱਥੋਂ ਦੇ ਇੱਕ ਪੰਜਾਬੀ ਰੇਡੀਓਜ਼ ਨੇ ਵੀ ਮੇਰੀ ਇਸ ਸਬੰਧ ਵਿੱਚ ਇੰਟਰਵਿਊ ਕੀਤੀ ਸੀ ਜੀ 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 ਸੇਵਾ ਮੁਕਤੀ ਤੋਂ ਬਾਅਦ ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਸ ਤੋਂ ਇਲਾਵਾ ਜੀ ਕਰਤਾਰਪੁਰ ਦੇ ਲਾਂਘੇ ਸਮੇਂ ਗੁਰੂ ਨਾਨਕ ਸਾਹਿਬ ਦੇ 5 550ਵੇਂ ਪ੍ਰਕਾਸ਼ ਉਤਸਵ ਸਮਵੇ ਜੀ 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 ਮੈਂ ਇੱਕ ਫਿਲਮ ਬਣਾਈ ਜਿਸ ਦਾ ਮੈਂ ਰਾਈਟਰ ਵੀ ਹਾਂ ਹਮ ਪ੍ਰੋਡਿਊਸਰ ਵੀ ਹਾਂ ਜੀ ਉਸ ਦਾ ਨਾਮ ਹੈ ਸੱਚ ਕੀ ਬੇਲਾ ਸੱਚ ਕੀ ਬੇਲਾ ਸੱਚ ਕੀ ਬੇਲਾ ਜੋ ਗੁਰੂ ਨਾਨਕ ਸਾਹਿਬ ਦੀ ਜੀਵਨੀ ਬਾਰੇ ਸਿਰਫ 15 ਮਿੰਟ ਵਿੱਚ ਹੀ ਸਭ ਕੁਝ ਦਰਸਾਉਂਦੀ ਹੈ ਜੀ 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 ਇਸ ਤੋਂ ਇਲਾਵਾ ਇਸੇ ਜਨਵਰੀ ਦੇ ਮਹੀਨੇ ਵਿੱਚ ਮੇਰੀ ਇੱਕ ਨਵੀਂ ਫਿਲਮ ਪ੍ਰੋਡਿਊਸ ਹੋਈ ਹੈ ਜੀ ਜੀ ਜੋ ਕਿ ਸੱਚੀ ਕੀਰਤ ਨੂੰ ਦਰਸਾਉਂਦੀ ਹੈ ਸੱਚੀ ਕੀਰਤ ਦੀ ਕਮਾਈ ਦਾ ਮੁੱਲ ਪਵਾਉਂਦੀ ਹੈ ਉਸ ਦਾ ਨਾਮ ਹੈ ਵੱਡਾ ਮਿਸਤਰੀ ਹੂੰ ਜੇ ਕਹਿੰਦਾ ਮਤਲਬ ਕਿ ਅਸੀਂ ਸੇਵਾ ਮੁਕਤ ਜ਼ਿੰਦਗੀ ਨੂੰ ਵੀ ਲਤਫਮਈ ਬਣਾ ਸਕਦੇ ਹਾਂ ਜੇ ਸਾਡੇ ਮਨ ਵਿੱਚ ਜਾਂ ਸਾਡਾ ਕੋਈ ਸ਼ੌਕ ਹੈ ਉਸ ਨੂੰ ਅੱਗੇ ਵਧਾਇਆ ਜਾਏ ਨਾ ਕਿ ਘਰ ਦੀ ਚਾਰ ਦਿਵਾਰੀ ਵਿੱਚ ਆਪਣੇ ਆਪ ਨੂੰ ਕੈਦ ਕਰਕੇ ਰੱਖ ਲਿਆ ਜਾਏ ਅਸੀਂ ਆਪਣੀ ਜ਼ਿੰਦਗੀ ਨੂੰ ਜੀ ਸਕਦੇ ਹਾਂ ਵਧੀਆ ਢੰਗ ਦੇ ਨਾਲ ਇਹ ਸਾਡੇ ਤੇ ਨਿਰਭਰ ਕਰਦਾ ਹਾਂ ਜੀ ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਸੇਵਾ ਮੁਕਤੀ ਤੋਂ ਬਾਅਦ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਜੀ ਸਕਦੇ ਹਾਂ ਘਰ ਵਿੱਚ ਬੈਠਣ ਨਾਲ ਕਈ ਤਰ੍ਹਾਂ ਦੇ ਨੇਗੇਟਿਵ ਖਿਆਲ ਵੀ ਆਉਂਦੇ ਹਨ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਵੀ ਹੁੰਦੇ ਨੇ ਇਸ ਤੋਂ ਵਧੀਆ ਹੈ ਕਿ ਬਾਹਰ ਦੇ ਕੰਮ ਕਰੋ ਸੋਸਾਇਟੀ ਵਿੱਚ ਜਾਓ ਜੀ ਜੀ ਬਾਹਰੋਂ ਕੰਮ ਕਰਦੇ ਘਰ ਨੂੰ ਮੋੜੋ ਜੀ ਤੇ ਹੱਸਦੇ ਖੇਡ ਦੇ ਘਰੋਂ ਜਾਓ ਤੇ ਹੱਸਦੇ ਖੇਡ ਦੇ ਬਾਹਰੋਂ ਆਓ ਜੀ ਬਿਲਕੁਲ ਰੋਚਕ ਜੀਵਨ ਜਿਓ ਜਿੰਦਗੀ ਇੱਕ ਵਾਰ ਮਿਲਦੀ ਐ ਨੂੰ ਜਿੰਦਗੀ ਜ਼ਿੰਦਾਬਾਦ ਬਣਾਓ ਵਾਹ ਬਿਲਕੁਲ ਜੀ ਜ਼ਿੰਦਗੀ ਜ਼ਿੰਦਾਬਾਦ ਹੈ ਤੇ ਜ਼ਿੰਦਗੀ ਜ਼ਿੰਦਾਬਾਦ ਬਣਾਉਣੀ ਵੀ ਚਾਹੀਦੀ ਹੈ ਇਹ ਸਰਦਾਰ ਅਮਰ ਸਿੰਘ ਸਿੱਧੂ ਜਿਨ੍ਹਾਂ ਨੇ ਬੜਾ ਲੰਮੇ ਦਹਾਕੇ ਪਬਲਿਕ ਹੈਲਥ ਡਿਪਾਰਟਮੈਂਟ ਵਿੱਚ ਮਤਲਬ ਕਿ ਸੇਵਾਵਾਂ ਨਿਭਾਈਆਂ ਤੇ ਸਾਹਿਤ ਦਾ ਜੇ ਮੈਂ ਵਿਸ਼ਾ ਕਰਾਂ ਜਾਂ ਮੈਂ ਡਾਇਰੈਕਸ਼ਨ ਦਾ ਨਿਰਦੇਸ਼ਨ ਦਾ ਵਿਸ਼ਾ ਕਰਾਂ ਇਹ ਬੜੇ ਆਪੋਜੀਟ ਵਿਸ਼ੇ ਨੇ ਕਿਉਂਕਿ ਪਬਲਿਕ ਹੈਲਥ ਡਿਪਾਰਟਮੈਂਟ ਵਿੱਚ ਸਮਾਂ ਹੀ ਨਹੀਂ ਹੁੰਦਾ ਕਿ ਅਸੀਂ ਆਪਣੇ ਇਸ ਤਰ੍ਹਾਂ ਸਾਹਿਤ ਦੇ ਨਾਲ ਜੋੜ ਸਕੀਏ ਜਾਂ ਕਈ ਵਾਰੀ ਰੁਝੇਵੇਂ ਇਹਨੇ ਹੁੰਦੇ ਨੇ ਮੀਟਿੰਗਸ ਆ ਜਾਂਦੀਆਂ ਨੇ ਕਦੀ ਕਿਤੇ ਜਾਣਾ ਪੈ ਜਾਂਦਾ ਹੈ ਕਈ ਵਾਰੀ ਇਹ ਕਈ ਸਾਈਟਸ ਤੇ ਜਾਣਾ ਪੈ ਜਾਂਦਾ ਹੈ ਤੇ ਅਸੀਂ ਆਪਣਾ ਸ਼ੌਕ ਨਹੀਂ ਵਧਾ ਸਕਦੇ ਇਹ ਕਿਵੇਂ ਸਬਬ ਬਣਿਆ ਕਿ ਸਾਹਿਤ ਦੇ ਨਾਲ ਜੁੜ ਗਏ ਤੁਸੀਂ ਨਿਰਦੇਸ਼ਨ ਦੇ ਨਾਲ ਜੁੜ ਗਏ ਤੇ ਇੱਕ ਬੰਨੇ ਪਬਲਿਕ ਹੈਲਥ ਡਿਪਾਰਟਮੈਂਟ ਦੇ ਨਾਲ ਜੁੜੇ ਕਈ ਵਾਰੀ ਆਪਾਂ ਨੂੰ ਸਰਕਾਰੀ ਨੌਕਰੀ ਕਰਦੇ ਆ ਜੀ ਐਸੇ ਵਿਸ਼ੇ ਮਿਲ ਜਾਂਦੇ ਹਨ ਕਿ ਲੱਗਦਾ ਹੈ ਵੀ ਇਸ ਵਿਸ਼ੇ ਨੂੰ ਅਭਾਰਿਆ ਜਾਵੇ ਸੇਵਾ ਦੇ ਦੌਰਾਨ ਉਹ ਸਮਾਂ ਨਹੀਂ ਮਿਲਦਾ ਬਿਲਕੁਲ ਸੇਵਾ ਮੁਕਤੀ ਤੋਂ ਬਾਅਦ ਮੈਂ ਇੱਕ ਵਿਅੰਗ ਲਿਖਿਆ ਜੋ ਆਪਣੇ ਸਰਕਾਰੀ ਮਹਿਕਮੇ ਦੇ ਦੌਰਾਨ ਹੀ ਮੈਨੂੰ ਉਸ ਦਾ ਅਨੁਭਵ ਹੋਇਆ ਜੀ ਉਹ ਸਰਕਾਰੀ ਉਹ ਵਿਅੰਗ ਜਿਸ ਦਾ ਨਾਮ ਹੈ ਜਾਪਾਨੀ ਪੌਦੇ ਜਾਪਾਨੀ ਪੌਦੇ ਜਪਾਨੀ ਪੌਦੇ ਉਹ ਇੱਕ ਭ੍ਰਿਸ਼ਟਾਚਾਰ ਦੀ ਮੂੰਹ ਬੋਲਦੀ ਤਸਵੀਰ ਹੈ ਜੀ ਜੀ ਉਸ ਦਾ ਮੈਨੂੰ ਇੰਨਾ ਹੰਗਾਰਾ ਮਿਲਿਆ ਕਿ ਮੇਰੇ ਯਾਦ ਹੈ ਕਿ ਲੁਧਿਆਣੇ ਤੋਂ ਖਾਸ ਕਰਕੇ ਮੈਨੂੰ ਇੰਨੇ ਫੋਨ ਆਏ ਤੇ ਮੈਨੂੰ ਕਿਹਾ ਉਹਨਾਂ ਨੇ ਕਿ ਅਜਿਹੇ ਵਿਅੰਗ ਹੋਰ ਲਿਖੇ ਜਾ ਹਾਂ ਕੀ ਬਾਤ ਹਾਂ ਕਈ ਖਿਆਲ ਆਪਾਂ ਨੂੰ ਨੌਕਰੀ ਦੇ ਦੌਰਾਨ ਅਜੇ ਔੜ ਜਾਂਦੇ ਆ ਜੋ ਆਪਾਂ ਉਸ ਨੂੰ ਸੇਵਾ ਮੁਕਤੀ ਤੋਂ ਬਾਅਦ ਆਪਣੀ ਕਲਮ ਦੁਆਰਾ ਲੋਕਾਂ ਦੇ ਸਾਹਮਣੇ ਲਿਆ ਸਕਦੇ ਜੀ 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 ਹਾਂ ਤੇ ਇਹ ਕਿਸ ਤਰ੍ਹਾਂ ਸਬੱਬ ਕਿਸ ਤਰ੍ਹਾਂ ਬਣਿਆ ਤੁਸੀਂ ਸਾਹਿਤ ਦੇ ਖੇਤਰ ਦੇ ਨਾਲ ਜੁੜ ਗਏ ਤੁਸੀਂ ਜਿਸ ਤਰ੍ਹਾਂ ਕਿਹਾ ਵੀ ਬਚਪਨ ਦੇ ਵਿੱਚ ਮੈਨੂੰ ਸ਼ੌਂਕ ਤੇ ਸੀ ਪਰ ਇੰਨਾ ਪਰਫੁੱਲਤ ਨਹੀਂ ਕਰ ਸਕਿਆ ਕਿਸ ਤਰ੍ਹਾਂ ਫਿਰ ਨਿਰਦੇਸ਼ਨ ਵੀ ਤੁਹਾਡੇ ਨਾਲ ਜੁੜ ਗਿਆ ਫਿਰ ਕਹਾਣੀਕਾਰ ਵੀ ਫਿਰ ਤੁਸੀਂ ਕਈ ਸੁਭਾਵਾਂ ਦੇ ਨਾਲ ਵੀ ਜੁੜੇ ਹੋ ਸਾਹਿਤ ਲਿਖਣ ਦਾ ਸਬੱਬ ਸੇਵਾ ਮੁਕਤੀ ਤੋਂ ਬਾਅਦ ਇਸ ਲਈ ਬਣਿਆ ਹਮ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਹੁਤ ਪ੍ਰਭਾਵਿਤ ਹਾਂ ਜੋ ਕਿ ਜੁਗੋ ਜੁਗਾਟਲ ਹਨ ਜੀ ਇਸ ਵਿੱਚ 36 ਯੋਗਦਾਨੀਆਂ ਦਾ ਜ਼ਿਕਰਤ ਸ਼ਾਮਲ ਹੈ ਜੀ ਮੈਨੂੰ ਲੱਗਿਆ ਕਿ ਅੱਜ ਦੀ ਪੀੜ੍ਹੀ ਬਾਰੇ ਇਸ ਕਿਤਾਬ ਬਾਰੇ ਲਿਖ ਕੇ ਆਪਣੇ ਸਹਿਤਕ ਜੀਵਨ ਨੂੰ ਪ੍ਰਾਰੰਭ ਕੀਤਾ ਜਾਵੇ ਹੂੰ ਤੇ ਛੋਟੀ ਕਿਤਾਬ ਹੋਣ ਕਰਕੇ ਇਹ ਪੜਨ ਯੋਗ ਹੈ ਜੀ ਤੇ ਇਸ ਨੂੰ ਪੜਦੇ ਹਨ ਤੇ ਇਸ ਦੇ ਦੋ ਐਡੀਸ਼ਨ ਛਪ ਚੁੱਕੇ ਹਨ ਹੂੰ ਇਸ ਤੋਂ ਬਾਅਦ ਮੇਰਾ ਸਫ਼ਰ ਫਿਰ ਚੁਰ ਹੋਇਆ ਸਭ ਤੋਂ ਪਹਿਲਾਂ ਮੈਂ ਧਾਰਮਿਕ ਪੁਸਤਕ ਬਾਬਾਨੀਆਂ ਕਹਾਣੀ ਗੁਰ ਇਤਿਹਾਸ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਜੀ ਤੇ ਘਰੇਲੂ ਮਾਹੌਲ ਕਿਸ ਤਰ੍ਹਾਂ ਦਾ ਪਰਿਵਾਰਕ ਸਹਿਯੋਗ ਤੁਹਾਨੂੰ ਮਿਲਿਆ ਵੀ ਤੁਹਾਡਾ ਜੋ ਸਮਾ ਸਾਹਿਤ ਵਾਲ ਲੱਗਾ ਸੀ ਉਹ ਵਧੀਆ ਲੰਘਿਆ ਘਰੇਲੂ ਮਾਹੌਲ ਮੇਰੇ ਘਰ ਦਾ ਬਹੁਤ ਵਧੀਆ ਹੈ ਜੀ ਮੇਰੇ ਤਿੰਨ ਬੱਚੇ ਹਨ ਹਮ ਦੋ ਬੇਟੀਆਂ ਹਨ ਇੱਕ ਇੰਜੀਨੀਅਰ ਹੈ ਉਹਦਾ ਪਤੀ ਵੀ ਇੰਜੀਨੀਅਰ ਹੈ ਹਮ ਡਾਕਟਰ ਹੈ ਉਹਦੇ ਘਰ ਵਾਲਾ ਵੀ ਡਾਕਟਰ ਹੈ ਜੀ ਤੇ ਮੇਰਾ ਬੇਟਾ ਅਮਰੀਕਾ ਸੈਟਲ ਹੈ ਉਹਦੀ ਪਤਨੀ ਵੀ ਡਾਕਟਰ ਹੈ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਹੌਸਲਾ ਵਜਾਈ ਕੀਤੀ ਹੈ ਬਲਕਿ ਮੇਰੀ ਪਤਨੀ ਨੇ ਤਾਂ ਮੇਰੀਆਂ ਕਈ ਫਿਲਮਾਂ ਵਿੱਚ ਅਦਾਕਾਰੀ ਵੀ ਕੀਤੀ ਹੈ ਜੀ ਭਾਵੇਂ ਸਾਡੇ ਲਈ ਇਹ ਕੰਮ ਪਹਿਲਾ ਸੀ ਕੋਈ ਪਹਿਲਾਂ ਸੀ ਕਿਸੇ ਟ੍ਰੇਨਿੰਗ ਨਹੀਂ ਲਈ ਸੀ ਜੀ ਜੀ ਪਰੰਤੂ ਕੰਮ ਚੱਲ ਗਿਆ ਜੀ 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 ਹਾਂਜੀ ਤੇ ਅੱਜ ਦੇ ਨੌਜਵਾਨਾਂ ਦੀ ਮੈਂ ਜੇ ਗੱਲ ਕਰਾਂ ਨੌਜਵਾਨ ਬਹੁਤ ਸਾਰਿਆਂ ਆਪਣੇ ਰੁਝੇਵਿਆਂ ਵਿੱਚ ਰੁੱਝੇ ਹੋਏ ਨੇ ਨੌਕਰੀਆਂ ਵੀ ਕਰਤੇ ਪਏ ਨੇ ਤੇ ਪਰ ਉਹ ਇੰਨੇ ਆਪਣੇ ਆਪ ਨੂੰ ਵਿਅਸਤ ਹੋ ਚੁੱਕੇ ਨੇ ਕਿ ਸ਼ਾਇਦ ਉਹਨਾਂ ਦੇ ਸ਼ੌਂਕ ਦਬੇ ਜਾ ਰਹੇ ਨੇ ਤੇ ਜਦੋਂ ਸ਼ੌਕ ਜਵਾਨੀ 'ਚ ਦਬੇ ਜਾਣਗੇ ਤੇ ਸੇਵਾ ਮੁਕਤੀ ਤੋਂ ਬਾਅਦ ਅਸੀਂ ਉਹਨਾਂ ਨੂੰ ਉਜਾਗਰ ਨਹੀਂ ਕਰ ਸਕਦੇ ਕਈ ਵਾਰੀ ਸਾਡਾ ਸਾਡਾ ਆਪਣਾ ਸੁਭਾਅ ਹੀ ਐਸਾ ਹੋ ਜਾਂਦਾ ਹੈ ਕਿ ਸਾਡਾ ਸ਼ੌਕ ਵੱਲ ਧਿਆਨ ਨਹੀਂ ਜਾਂਦਾ ਤੁਸੀਂ ਇਸ ਗੱਲ ਨੂੰ ਕਿੰਨਾ ਕੁ ਸੁਚੇਤ ਹੋ ਕੇ ਲੈ ਰਹੇ ਹੋ ਕਿ ਵਾਕਈ ਨੌਜਵਾਨੀ ਆਪਣੇ ਆਪ ਨੂੰ ਜਿਆਦਾ ਹੀ ਰੁਝੇਵਿਆਂ ਦੇ ਵਿੱਚ ਲੈ ਕੇ ਚਲਦੀ ਹੈ ਕਿਉਂਕਿ ਉਹਨਾਂ ਦੇ ਮਨਾਂ ਦੇ ਉੱਤੇ ਜਾਂ ਉਹਨਾਂ ਦੀ ਜ਼ੁਬਾਨ ਦੇ ਉੱਤੇ ਇੱਕੋ ਹੀ ਗੱਲ ਹੁੰਦੀ ਹੈ ਕਿ ਮੇਰੇ ਕੋ ਸਮਾਂ ਹੈ ਨਹੀਂ ਮੇਰੇ ਕੋ ਸਮਾਂ ਹੈ ਨਹੀਂ ਦੇਖੋ ਜੀ ਸਮਾਂ ਹਰ ਕੋਲੇ ਹੈ ਜੇ ਆਪਾਂ ਸਮਾਂ ਕੱਢਣਾ ਚਾਹਾਂਗੇ ਤਾਂ ਸਮਾਂ ਜ਼ਰੂਰ ਨਿਕਲੇ ਆਉਂਦਾ ਹੈ ਇੱਕ ਡਿਸਪੀਸਪਲਨ ਬਣਾਉਣਾ ਪੈਂਦਾ ਹੈ ਜ਼ਿੰਦਗੀ ਦੇ ਵਿੱਚ ਉਸ ਡਿਸਪੀਸਪਲਨ ਟਾਈਮ ਟੇਬਲ ਦੇ ਮੁਤਾਬਕ ਸਮਾਂ ਨਿਕਲੇ ਆਉਂਦਾ ਹੈ ਮੈਂ ਦੇਖਿਆ ਹੈ ਕਿ ਕਈ ਨੌਜਵਾਨ ਸਾਨੀਆਂ ਸਹਿਦ ਸਮਾਵਾਂ ਵਿੱਚ ਆਉਂਦੇ ਹਨ ਜੀ ਬੜਾ ਅੱਛਾ ਲਿਖਦੇ ਹਨ ਹਮ ਉੱਥੇ ਉਹਨਾਂ ਦੀਆਂ ਰਚਨਾਵਾਂ ਪੜੀਆਂ ਜਾਂਦੀਆਂ ਹਨ ਉਸ ਤੇ ਕਾਂਢ-ਛਾਂਟ ਕੀਤੀ ਜਾਂਦੀ ਹੈ ਲੋਚਨਾ ਕੀਤੀ ਜਾਂਦੀ ਹੈ ਤੇ ਉਹ ਰਚਨਾਵਾਂ ਉਹਨਾਂ ਦੀਆਂ ਬੜੀਆਂ ਸਿਆਣੀਆਂ ਹੋ ਕੇ ਨਿਕਲਦੀਆਂ ਹਨ ਜੀ ਪਰੰਤੂ ਕਈ ਵਾਰੀ ਇਹ ਵੀ ਦੇਖਿਆ ਹੈ ਕਿ پارک ਵਿੱਚ ਬੈਠੇ ਲੋਕ ਅ ਇੱਕ ਦੂਜੇ ਬਾਰੇ ਗੱਪਸ਼ਪ ਕਰ ਰਹੇ ਹੁੰਦੇ ਹਨ ਜੀ ਤੇ ਆਪਣਾ ਸਮਾਂ ਬਰਬਾਦ ਕਰ ਰਹੇ ਹੁੰਦੇ ਹਨ ਹਮਮ ਜਦੋਂ ਕਿ ਮੈਂ ਕਈ ਵਾਰੀ ਖਿਆਲ ਕਰਦਾ ਹਾਂ ਕਿ ਉਹ ਘਰ ਜਾ ਕੇ ਆਪਣੇ ਪੋਤੇ-ਪੋਤੀਆਂ ਨੂੰ ਵੀ ਪੜ੍ਹਾ ਸਕਦੇ ਹਨ ਉਸੇ ਸਮੇਂ ਨੂੰ ਵਧੀਆ ਜੁਟੀਲਾਈਜ਼ ਕਰ ਸਕਦੇ ਆ ਜੀ ਜੇ ਤੁਸੀਂ ਬਾਹਰਲੀ ਕੰਟਰੀਜ਼ ਦੇ ਵਿੱਚ ਵੀ ਗਏ ਹੋ ਤੁਸੀਂ ਜੌਬ ਦੇ ਦੌਰਾਨ ਇੱਥੇ ਰਹੇ ਜੌਬ ਤੋਂ ਬਾਅਦ ਸੇਵਾ ਮੁਕਤੀ ਤੋਂ ਬਾਅਦ ਉੱਥੇ ਬਾਹਰਲੀ ਕੰਟਰੀਜ਼ ਦੇ ਵਿੱਚ ਗਏ ਕਈ ਲੋਕਾਂ ਦੇ ਨਾਲ ਵਿਚਰੇ ਵੀ ਹੋਵੋਗੇ ਉਧਰ ਦਾ ਸਿਸਟਮ ਵੀ ਤੁਸੀਂ ਵੇਖਿਆ ਹੋਵੇਗਾ ਕਿਸ ਤਰ੍ਹਾਂ ਦੀ ਜ਼ਿੰਦਗੀ ਉੱਧਰ ਦੀ ਜ਼ਿੰਦਗੀ ਹੈ ਜੋ ਸਾਡੀ ਭਾਰਤੀ ਜਾਂ ਸਾਡੀ ਪੰਜਾਬੀ ਜ਼ਿੰਦਗੀ ਨਾਲੋਂ ਤੁਸੀਂ ਵੱਖਰੀ ਦੇਖਦੇ ਹੋ ਦੇਖੋ ਜੀ ਉਹ ਬਾਹਰਲੇ ਦੇਸ਼ ਬਹੁਤ ਵਿਕਸਤ ਦੇਸ਼ ਹਨ ਸਾਡਾ ਜਿਹੜਾ ਕੰਟਰੀ ਹੈ ਉਹ ਡਿਵੈਲਪਿੰਗ ਕੰਟਰੀ ਹੈ ਅਸੀਂ ਹੌਲੀ ਹੌਲੀ ਡਿਵੈਲਪ ਹੋ ਰਹੇ ਹਾਂ ਕੋਈ ਸ਼ੱਕ ਨਹੀਂ ਪਰੰਤੂ ਉੱਥੋਂ ਦੇ ਜੇ ਰੂਲਸ ਨੇ ਨਿਜ਼ਮ ਨੇ ਉਹ ਇੱਕ ਇੱਕ ਕਦਮ ਤੁਹਾਡਾ ਅਸੂਲਾਂ ਵਿੱਚ ਬੱਜਿਆ ਹੋਇਆ ਹੈ ਜੀ ਤੁਸੀਂ ਉੱਥੇ ਕੁਝ ਵੀ ਕੰਮ ਕਰਦੇ ਹੋ ਉਸ ਦੀ ਕੀਮਤ ਪੈਂਦੀ ਹੈ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਮੈਂ ਸਿਰਫ ਇੱਕ ਕਪਤਾ ਉੱਥੇ ਲਿਖੀ ਸੀ ਉਸੇ ਤੇ ਮੇਰੀ ਉਹ ਕਪਤਾ ਨੂੰ ਪੰਜਾਬੀ ਮੈਗਜ਼ੀਨ ਵਿੱਚ ਦਿੱਤਾ ਗਿਆ ਤੇ ਮੇਰੀ ਇੰਟਰਵਿਊ ਕੀਤੀ ਗਈ ਉੱਥੇ ਜੋ ਵੀ ਕਰਦਾ ਹੈ ਉਸ ਦੀ ਕੀਮਤ ਪੈਂਦੀ ਹੈ ਖਾਸ ਕਰਕੇ ਉੱਥੇ ਜਿਹੜੇ ਟ੍ਰੈਫਿਕ ਦੇ ਨਿਜ਼ਮ ਨੇ ਜੀ ਜੀ ਉਹ ਬਹੁਤ ਵਧੀਆ ਨੇ ਸਾਡੇ ਇੱਥੇ ਜੇ ਮੁੱਖ ਸਮੱਸਿਆ ਹੈ ਤਾਂ ਟ੍ਰੈਫਿਕ ਦੇ ਨਿਜ਼ਮਾਂ ਦੀ ਹੈ ਹੂੰ ਤੇ ਸਾਨੂੰ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਨਹੀਂ ਤਾਂ ਸਾਡਾ ਦੇਸ਼ ਸਾਡੀ ਭੂਮੀ ਸਾਡੇ ਲੋਕ ਬੜੇ ਮਿਹਨਤੀ ਹਨ ਅਸੀਂ ਵੀ ਉਹਨਾਂ ਵਾਂਗੂ ਵਧ ਸਕਦੇ ਜੀ ਜੀ ਤੇ ਤੁਸੀਂ ਵੱਖ-ਵੱਖ ਸ਼ੈਲੀਆਂ ਦੀ ਗੱਲ ਕੀਤੀ ਵੀ ਕਵਿਤਾ ਦੇ ਵਿੱਚ ਜਾਂ ਕਹਾਣੀ ਦੇ ਵਿੱਚ ਕਈ ਤਰ੍ਹਾਂ ਦੀਆਂ ਸ਼ੈਲੀਆਂ ਹੁੰਦੀਆਂ ਨੇ ਕਵਿਤਾ ਦੀ ਗੱਲ ਕਰ ਲਈਏ ਤਾਂ ਉਸ ਵਿੱਚ ਖੁੱਲੀ ਕਵਿਤਾ ਵੀ ਲਿਖੀ ਜਾਂਦੀ ਹੈ ਗ਼ਜ਼ਲਾਂ ਦੀ ਵੀ ਗੱਲ ਹੁੰਦੀ ਹੈ ਛੰਦ ਬੰਦੀ ਵੀ ਹੁੰਦੀ ਹੈ ਬੈਂਤ ਕਵਿਤਤ ਕਈ ਤਰ੍ਹਾਂ ਦੀਆਂ ਗੱਲਾਂ ਆ ਜਾਂਦੀਆਂ ਨੇ ਇੱਕ ਤੁਸੀਂ ਤੁਹਾਡੀ ਕਿਤਾਬ ਆਈ ਸੀ ਜੋ ਹਾਈਕੂ ਤੇ ਉੱਤੇ ਲਿਖੀ ਗਈ ਸੀ ਕਿਉਂਕਿ ਹਾਈਕੂ ਦਾ ਜੋ ਵਿਸ਼ਾ ਹੈ ਨਾ ਇਹ ਬੋਤਾ ਹੈ ਤੇ ਬਾਹਰੀ ਕੰਟਰੀ ਤੋਂ ਸਾਡੇ ਦੇਸ਼ ਦੇ ਵਿੱਚ ਆਇਆ ਹੈ ਪਰ ਹਾਲੇ ਬਹੁਤੇ ਲੋਕਾਂ ਦੇ ਵਿੱਚ ਇਹ ਫਸਰਿਆ ਨਹੀਂ ਹੈ ਤੁਸੀਂ ਇਸ ਬਾਰੇ ਸਾਨੂੰ ਜ਼ਰੂਰ ਦੱਸੋ ਹਾਂਜੀ ਮੇਰੀ ਪੁਸਤਕ ਕਚਰੀ ਝਾਂਜਰ ਵਿੱਚ ਗਜ਼ਲਾਂ ਗੀਤ ਤੇ ਕੁਝ ਹਾਈਕੂ ਦਿੱਤੇ ਗਏ ਹਨ ਜੀ ਜੀ ਹਾਈਕੂ ਬਾਰੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਹਾਈਕੂ ਇੱਕ ਜਾਪਾਨੀ ਵਿਧਾ ਹੈ ਇਹ ਤਿੰਨ ਪੰਕਤੀਆਂ ਦੀ ਇੱਕ ਛੋਟਾ ਕਾਵ ਰੂਪ ਹੈ ਜਿਸ ਵਿੱਚ 3 17 ਹੁੰਦੀਆਂ ਹਨ ਉੱਪਰ ਦੀਆਂ ਤੇ ਹੇਠਲੀਆਂ 17 ਛੋਟੀਆਂ ਤੇ ਵਿਚਕਾਰਲੀ 17 ਨੂੰ ਲੰਬਾ ਰੱਖਿਆ ਜਾਂਦਾ ਹੈ ਜੀ ਇਸ ਵਿੱਚ ਦੋ ਬਿੰਬ ਆਪਸ ਵਿੱਚ ਨੇੜੇ ਤੇੜੇ ਰੱਖੇ ਜਾਂਦੇ ਆ ਹੂੰ ਅ ਇਸ ਹਾਈਕੋ ਨੂੰ ਸਮਝਾਉਣ ਵਾਸਤੇ ਮੈਂ ਇੱਕ ਮਿਸਾਲ ਦੇਵਾਂ ਕਿ ਗੁਰੂਦੇਵ ਰਵਿੰਦਰਨਾਥ ਟੈਗੋਰ ਜੀ 1914 ਵਿੱਚ ਜੀ ਉਹ ਭਾਰਤ ਦੇ ਬੜੇ ਸਾਹਿਤਕਾਰ ਤੇ ਵਿਦਵਾਨ ਸਨ ਉਹਨਾਂ ਨੂੰ ਉਸ ਸਮੇਂ ਨੂੰ 14 ਚ ਨੋਬਲ ਪ੍ਰਾਈਜ਼ ਮਿਲਿਆ ਹੂੰ ਹੂੰ ਤੇ 1916 ਦੇ ਵਿੱਚ ਉਹਨਾਂ ਨੇ ਆਪਣੀ ਜਾਪਾਨ ਯਾਤਰਾ ਪੁਸਤਕ ਵਿੱਚ ਹਾਈਕੂ ਦਾ ਵਰਣਨ ਜੀ ਜੀ ਬੜੇ ਹੀ ਪ੍ਰਸ਼ੰਸਾ ਭਰੇ ਸ਼ਬਦਾਂ ਰਾਹੀਂ ਕੀਤਾ ਜੀ 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 ਉਸੇ ਤੋਂ ਪ੍ਰਭਾਵਿਤ ਹੋ ਕੇ ਮੈਂ ਇਸ ਵਿੱਚ ਆਪਣੇ ਹਾਈਕੂ ਪੇਸ਼ ਕੀਤੇ ਹਨ ਜੀ 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 ਸਾਡੇ ਨਾਲ ਵੀ ਇਹ ਜ਼ਰੂਰ ਸਾਂਝੇ ਕਰੋ ਜੀ ਹਾਂ ਜੀ 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 ਕਿਉਂਕਿ ਕਵਤਾ ਇੱਕ ਦੋਸਤੋ ਐਸਾ ਸਾਹਿਤ ਹੈ ਸਾਡੇ ਕੋਲ ਜਿਸ ਦੇ ਨਾਲ ਅਸੀਂ ਜੇ ਇਕੱਲੇ ਵੀ ਹੁੰਦੇ ਰਹੀਏ ਤਾਂ ਕਈ ਵਾਰੀ ਚੰਨ 17 ਦੇ ਨਾਲ ਇਸ ਢੰਗ ਦੇ ਨਾਲ ਜੁੜ ਜਾਂਦੇ ਹਾਂ ਕਿ ਸਾਡੀਆਂ ਭਾਵਨਾਵਾਂ ਵੀ ਪ੍ਰਗਟ ਹੋ ਜਾਂਦੀਆਂ ਨੇ ਤੇ ਕਈ ਵਾਰੀ ਕੁਝ ਸਵਾਲ ਸਾਡੇ ਜ਼ਿਹਨ ਦੇ ਵਿੱਚ ਹੁੰਦੇ ਨੇ ਉਹ ਚਾਰ ਲਾਈਨਾਂ ਦੇ ਵਿੱਚ ਉਹਨਾਂ ਸਵਾਲਾਂ ਦਾ ਜਵਾਬ ਵੀ ਮਿਲ ਜਾਂਦਾ ਹੈ ਸਰਦਾਰ ਅਮਰ ਸਿੰਘ ਸਿੱਧੂ ਜੀ ਹਾਈਕੂ ਦੇ ਉੱਤੇ ਹਾਂਜੀ ਹਾਈਕੂ ਵਿਸਾਖ ਮਹੀਨਾ ਹੂੰ ਵਿਸਾਖ ਮਹੀਨਾ ਕਣਕ ਦੀ ਬੱਲੀ ਹੂੰ ਬਿਨਾਂ ਲਾਕਰੋਂ ਸੋਨਾ ਹੂੰ ਕਿਆ ਬਾਤ ਹੈ ਤੇਰੀਆਂ ਉਡਿੱਕਾਂ ਕੈਨਵਸ ਤੇ ਸਜਾਇਆ ਸਜਰਾ ਦੋ ਪੰਛੀਆਂ ਦਾ ਜੋੜਾ ਕਿਆ ਬਾਤ ਕਿਆ ਬਾਤ ਸਿਖਰ ਦੁਪਹਿਰ ਤਿੰਨ ਸਵਾਰੀਆਂ ਕਰਾਉਣ ਰਿਕਸ਼ੇ ਵਾਲੇ ਤੋਂ ਛੋਟ ਕਿਆ ਬਾਤ ਹੈ ਕਿਆ ਬਾਤ ਹੈ ਅਪ੍ਰੈਲ ਮਹੀਨਾ ਚਾਹ ਵੇਲੇ ਦੀ ਕਰੇ ਢੀਕ ਹਾੜੀ ਵੱਡ ਦਾ ਕੰਮ ਆ ਹੂੰ ਅਗਲਾ ਰਿਕੂ ਹੈ ਜੀ ਭੁੱਖਾ ਤਿੱਤਰ ਜੀ ਭੁੱਖਾ ਤਿੱਤਰ ਖੇਤ ਚ ਚੋਗਿਆ ਪਿਆ ਚੋਗੇ ਵਾਹ ਕੀ ਬਾਤਾਂ ਹੈ ਜੀ ਇਸੇ ਤਰ੍ਹਾਂ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦੇ ਰਾਹੀਂ ਅਸੀਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟਾ ਸਕਦੇ ਹਾਂ ਸੇਵਾ ਮੁਕਤੀ ਦੀ ਗੱਲ ਚੱਲ ਰਹੀ ਹੈ ਜ਼ਿੰਦਗੀ ਦੀ ਗੱਲ ਚੱਲ ਰਹੀ ਹੈ ਤੇ ਸ਼ੌਕ ਦੀ ਗੱਲ ਚੱਲ ਰਹੀ ਹੈ ਜੇ ਅਸੀਂ ਸ਼ੌਕ ਨੂੰ ਅੱਗੇ ਵਧਾਵਾਂਗੇ ਅਸੀਂ ਆਪਣੀ ਨੌਕਰੀ ਵਾਲੇ ਰੁਜ਼ੀਵੇਂ ਤੋਂ ਬਾਅਦ ਵਾਲੀ ਜ਼ਿੰਦਗੀ ਜਾਨੀ ਕਿ ਸੇਵਾ ਮੁਕਤੀ ਤੋਂ ਬਾਅਦ ਵਾਲੀ ਜ਼ਿੰਦਗੀ ਨੂੰ ਵੀ ਬੜੇ ਪਿਆਰ ਦੇ ਨਾਲ ਬੜੇ ਸੁਚੱਜੇ ਢੰਗ ਦੇ ਨਾਲ ਜੀ ਸਕਦੇ ਹਾਂ ਅਸੀਂ ਇਸੇ ਤਰ੍ਹਾਂ ਗੱਲਬਾਤ ਜਾਰੀ ਰੱਖਾਂਗੇ ਪਰ ਫਿਲਹਾਲ ਸਮਾਂ ਹੋ ਗਿਆ ਹੈ ਜੀ ਗੱਲਾਂ ਤੇ ਗੀਤ ਪ੍ਰੋਗਰਾਮ ਵਿੱਚ ਇੱਕ ਗੀਤ ਦਾ ਆਓ ਜੁੜਦੇ ਹਾਂ ਗੀਤ ਦੇ ਨਾਲ ਜੀ ਦੋਸਤੋ ਗੱਲਾਂ ਤੇ ਗੀਤ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਸੇਵਾ ਮੁਕਤੀ ਤੋਂ ਬਾਅਦ ਵਾਲੀ ਜ਼ਿੰਦਗੀ ਦੀ ਤੇ ਨਾਲ ਦੇ ਨਾਲ ਅਸੀਂ ਪੰਛੀ ਝਾਤਵੀ ਮਾਰ ਰਹੇ ਹਾਂ ਸਰਦਾਰ ਅਮਰ ਸਿੰਘ ਸਿੱਧੂ ਜੀ ਦੀ ਜ਼ਿੰਦਗੀ ਦੇ ਉੱਤੇ ਜੋ ਕਿ ਇੱਕ ਉੱਗੇ ਸਾਹਿਤਕਾਰ ਨੇ ਜਿਨ੍ਹਾਂ ਨੇ ਕਹਾਣੀਆਂ ਵੀ ਲਿਖੀਆਂ ਨੇ ਜਿਨ੍ਹਾਂ ਨੇ ਕਈ ਗਜ਼ਲਾਂ ਗੀਤਾਂ ਦੇ ਸੰਗ੍ਰਹਿ ਪਾਠਕਾਂ ਦੀ ਝੋਲੀ ਵਿੱਚ ਪਾਏ ਨੇ ਤੇ ਬਤੌਰ ਐਸ ਡੀਓ ਪਬਲਿਕ ਹੈਲਥ ਡਿਪਾਰਟਮੈਂਟ ਵਿੱਚ ਇਹ ਕਈ ਦਹਾਕੇ ਸੇਵਾਵਾਂ ਵੀ ਨਿਭਾਈਆਂ ਨੇ ਏ ਸਰਦਾਰ ਅਮਰ ਸਿੰਘ ਸਿੱਧੂ ਜੀ ਅਸੀਂ ਤੁਹਾਡੀਆਂ ਕਵਤਾਵਾਂ ਦੇ ਨਾਲ ਵੀ ਜੁੜੇ ਅਸੀਂ ਇਹ ਤੁਹਾਡੇ ਹਾਈਕੂ ਦੇ ਨਾਲ ਵੀ ਜੁੜੇ ਤੁਹਾਡੀ ਨਿੱਜੀ ਜ਼ਿੰਦਗੀ ਦੇ ਉੱਤੇ ਵੀ ਅਸੀਂ ਨਾਲ-ਨਾਲ ਝਾਤ ਮਾਰ ਰਹੇ ਹਾਂ ਤੇ ਸੇਵਾ ਮੁਕਤੀ ਤੋਂ ਬਾਅਦ ਦੀ ਜ਼ਿੰਦਗੀ ਦੀ ਵੀ ਗੱਲ ਕਰ ਰਹੇ ਹਾਂ ਸੇਵਾ ਮੁਕਤੀ ਦੀ ਮੈਂ ਗੱਲ ਕਰਦਾ ਸੇਵਾ ਮੁਕਤੀ ਤੋਂ ਬਾਅਦ ਨਾ ਕਈ ਤਰ੍ਹਾਂ ਦੇ ਸੰਗਠਨ ਬਣਦੇ ਨੇ ਕਈ ਤਰ੍ਹਾਂ ਦੀਆਂ ਯੂਨੀਅਨਾਂ ਬਣਦੀਆਂ ਨੇ ਜੋ ਰਿਟਾਇਰਡ ਪਰਸਨ ਬਣਾਉਂਦੇ ਨੇ ਬਹੁਤ ਵਧੀਆ ਗੱਲ ਹੈ ਕਿ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਹਾਂ ਆਪਣੇ ਇਹ ਜੋ ਸਾਨੂੰ ਇਹ ਸਰਕਾਰੀ ਦਰਬਾਰੇ ਸਾਡੀ ਆਵਾਜ਼ ਜਾਣੀ ਚਾਹੀਦੀ ਹੈ ਉਹ ਜਾਂਦੀ ਵੀ ਹੈ ਉਹਨਾਂ ਯੂਨੀਅਨ ਦਾ ਕਰਕੇ ਪਰ ਕਦੀ ਐਸੇ ਸੰਗਠਨ ਨਹੀਂ ਵੇਖੇ ਜੋ ਸਾਡੇ ਰਿਟਾਇਰਡ ਪਰਸਨ ਕਹਣ ਕਿ ਅਸੀਂ ਤਜਰਬੇ ਆਪਣੇ ਨੌਜਵਾਨਾਂ ਦੇ ਨਾਲ ਸਾਂਝੇ ਕਰਨੇ ਨੇ ਕਦੀ ਐਸੀਆਂ ਗੱਲਾਂ ਨਹੀਂ ਵੇਖੀਆਂ ਕਿ ਇਹ ਰਿਟਾਇਰਡ ਪਰਸਨ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਲੈਕਚਰ ਦਿੰਦੇ ਹੁਣ ਵੀ ਬੱਚਿਓ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਹ ਕੀਤਾ ਜੇ ਅਸੀਂ ਫੌਜ 'ਚ ਨੌਕਰੀ ਨਿਭਾਈ ਜਾਂ ਅਸੀਂ ਫਲਾਣੇ ਡਿਪਾਰਟਮੈਂਟ ਵਿੱਚ ਨੌਕਰੀ ਨਿਭਾਈ ਤੇ ਤੁਸੀਂ ਵੀ ਇਹ ਇਸ ਤਰ੍ਹਾਂ ਦੇ ਕੰਮ ਕਰੋ ਤੁਸੀਂ ਮਤਲਬ ਕਿ ਸਮਾਜ ਭਲਾਈ ਦੇ ਕੰਮ ਕਰੋ ਤੁਸੀਂ ਇਸ ਗੱਲ ਨੂੰ ਕਿ ਕਿੰਨਾ ਕਿ ਠੀਕ ਸਮਝਦੇ ਹੋ ਕਿ ਤੁਸੀਂ ਮੇਰੀ ਇਸ ਗੱਲ ਦੇ ਨਾਲ ਸਹਿਮਤ ਹੋ ਕਿ ਜੂਨੀਅਨ ਤੋਂ ਇਲਾਵਾ ਹੋਰ ਵੀ ਐਸੇ ਲੋਕ ਭਲਾਈ ਕੰਮ ਕਰਨੇ ਚਾਹੀਦੇ ਜਿਨ੍ਹਾਂ ਦੇ ਨਾਲ ਸਮਾਜ ਸਾਰਥਕ ਬਣੇ ਹਾਂਜੀ ਦੇਖੋ ਸਮੇਂ ਦੇ ਨਾਲ ਸਾਰਾ ਸਿਸਟਮ ਬਦਲ ਚੁੱਕਿਆ ਹੈ ਜੀ ਨੌਜਵਾਨਾਂ ਕੋਲੇ ਕੋਈ ਸਮਾਂ ਨਹੀਂ ਹੈ ਉਹ ਅੱਜਕਲ ਪਲੱਸ 2 ਜਾਂ ਦਸਵੀਂ ਕਰਦੇ ਹਨ ਆਈਲਟਸ ਕਰਨ ਤੋਂ ਬਾਅਦ ਬਾਹਰ ਜਾਣ ਦੀ ਹੋੜ ਲੱਗੀ ਹੋਈ ਹੈ ਅ ਰਿਟਾਇਰਮੈਂਟ ਤੋਂ ਬਾਅਦ ਸੰਗਠਨਾ ਬਣਨੀ ਚਾਹੀਦੀਆਂ ਹਨ ਜੋ ਕਿ ਬੱਚਿਆਂ ਨੂੰ ਸੇਧ ਦੇਣ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਅਸੀਂ ਆਪਣੀ ਉਮਰ ਦੇ ਵਿੱਚ ਐਸਾ ਇਸ ਤਰ੍ਹਾਂ ਦੇ ਵਧੀਆ ਕੰਮ ਕਰਦੇ ਰਹਾਂ ਤੁਸੀਂ ਵੀ ਕਰੋ ਲੇਕਿਨ ਸਿਸਟਮ ਦੇ ਬਦਲਣ ਨਾਲ ਜੀंदगी ਦੀ ਕਹਾੜ ਇੰਨੀ ਵੱਧ ਗਈ ਹੈ ਕਿ ਜ਼ਿਆਦਾਤਰ ਲੋਕ ਬਾਹਰ ਪਲਾਨ ਹੋ ਰਹੇ ਹਨ ਜੀ ਲੇਕਿਨ ਜਿੱਥੋਂ ਜਿਹੜੇ ਸਕੂਲ ਤੋਂ ਮੈਂ 10ਵੀਂ ਕੀਤੀ ਹੈ ਅਸੀਂ ਉਸ ਸਕੂਲ ਦੀ ਇੱਕ ਸੰਸਥਾ ਬਣਾਈ ਹੈ 올ਡ ਸਟੂਡੈਂਟਸ ਐਸੋਸੀਏਸ਼ਨ ਕੀਆ ਬਾਤ ਅਸੀਂ ਉਸ ਸਕੂਲ ਦੇ ਵਿੱਚ ਜਾ ਕੇ ਪੁਰਾਣੇ ਸਟੂਡੈਂਟਸ ਅੱਜ ਦੀ ਉਮਰ ਦੇ ਇਕੱਠੇ ਹੋ ਕੇ ਉਸ ਸਕੂਲ ਦੇ ਵਿੱਚ ਜੋ ਅਸੀਂ ਡਿਵੀਜ਼ਨ ਲਾਈਆਂ ਚੰਗੇ ਨੰਬਰ ਲੈ ਕੇ ਪਾਸ ਹੋਏ ਆ ਉੱਥੇ ਜਾ ਕੇ ਉਹਨਾਂ ਨੂੰ ਜੋ ਕਸ਼ ਤੁਸੀਂ ਕਿਹਾ ਹੈ ਅਸੀਂ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਜੋ ਗਰੀਬ ਬੱਚੇ ਹੁੰਦੇ ਹਨ ਉਹਨਾਂ ਨੂੰ ਵਰਦੀ ਪੈਨਸਲਾਂ ਬੁੱਕਸ ਉਹ ਵੀ ਸਪਲਾਈ ਕਰਦੇ ਹਾਂ ਕਿਆ ਬਾਤ ਇਸ ਤੋਂ ਇਲਾਵਾ ਅਸੀਂ ਪੈਨਸ਼ਨਰਜ਼ ਯੂਨੀਅਨ ਬਣਾਈ ਹੈ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਬਣਾਈ ਹੈ ਉੱਥੇ ਅਸੀਂ ਬੈਠ ਕੇ ਆਪਾਂ ਗੱਪਸ਼ਪ ਵੀ ਕਰਦੇ ਹਾਂ ਜੋ ਸਰਕਾਰ ਕਰ ਰਹੀ ਹੈ ਪੈਨਸ਼ਨਰਾਂ ਪ੍ਰਤੀ ਕਰ ਰਹੀ ਹੈ ਉਸ ਦੇ ਬਾਰੇ ਵੀ ਸਾਰਾ ਕੁਝ ਰਿਵਿਊ ਕਰਦੇ ਹਾਂ ਤੇ ਉੱਥੇ ਆਪਦੇ ਸ਼ੌਂਕ ਮੁਤਾਬਕ ਜੋ ਕੋਈ ਟੈਲੈਂਟ ਰੱਖਦਾ ਹੈ ਕੁਛ ਨਾ ਕੁਛ ਉਥੇ ਕੋਈ ਲਤੀਫਾ ਕੋਈ ਕਵਿਤਾ ਕੋਈ ਕਹਾਣੀ ਉਹ ਵੀ ਸੁਣਾਉਂਦਾ ਹੈ ਅਸੀਂ ਆਪਣੀ ਜ਼ਿੰਦਗੀ ਨੂੰ ਉਸ ਐਸੋਸੀਏਸ਼ਨ ਦੇ ਵਿੱਚ ਬਹੁਤ ਆਨੰਦ ਮਾਣਦੇ ਹਾਂ ਕੀ ਬਾਤ ਹੈ ਇਸ ਤਰ੍ਹਾਂ ਦੇ ਗੈਟ ਟੂਗੇਦਰ ਹੋਣੀਆਂ ਵੀ ਚਾਹੀਦੀਆਂ ਨੇ ਤਾਂ ਜੋ ਅਸੀਂ ਇਸ ਸਮਾਜ ਦੇ ਨਾਲ ਵੀ ਜੁੜੇ ਰਹੀਏ ਤੇ ਆਪਣੀਆਂ ਭਾਵਨਾਵਾਂ ਨੂੰ ਵੀ ਇੱਕ ਦੂਜੇ ਦੇ ਨਾਲ ਪ੍ਰਗਟ ਕਰ ਸਕੀਏ ਤੇ ਇੱਕ ਸਮਾਂ ਉਹ ਹੁੰਦਾ ਸੀ ਜਦੋਂ ਪਿੰਡਾਂ ਦੇ ਵਿੱਚ ਸੱਥਾ ਹੁੰਦੀਆਂ ਸਨ ਉਹਨਾਂ ਦੇ ਵਿੱਚ ਬਜ਼ੁਰਗ ਬੰਦੇ ਵੀ ਬੈਠਦੇ ਹੁੰਦੇ ਸਨ ਉਹ ਉਹਨਾਂ ਦੇ ਵਿੱਚ ਰਿਟਾਇਰਡ ਬੰਦੇ ਵੀ ਬੈਠਦੇ ਹੁੰਦੇ ਸਨ ਖਾਸ ਕਰਕੇ ਮੈਂ ਆਪਣੀ ਗੱਲ ਕਰਾਂ ਜ ਜਦੋਂ ਅਸੀਂ ਪਿੰਡ ਦੇ ਵਿੱਚ ਬੈਠਦੇ ਸਾਂ ਤੇ ਪਿੰਡ ਦੇ ਫੌਜੀ ਲੋਕਾਂ ਨੇ ਸਾਡੇ ਵਿੱਚ ਆ ਕੇ ਬੈਠ ਜਾਣਾ ਜੋ ਦੇਸ਼ ਪ੍ਰਤੀ ਉਹਨਾਂ ਨੇ ਸੇਵਾਵਾਂ ਨਿਭਾਈਆਂ ਉਹ ਰਿਟਾਇਰਡ ਬੰਦਿਆਂ ਨੇ ਸਾਨੂੰ ਉਹ ਮਾਹੌਲ ਦੱਸਣਾ ਕਿ ਅਸੀਂ ਫੌਜ ਦੇ ਵਿੱਚ ਕਿਸ ਤਰ੍ਹਾਂ ਦੀ ਨੌਕਰੀ ਕੀਤੀ ਇਸ ਤਰ੍ਹਾਂ ਹੋਰ ਵੀ ਵੱਖ-ਵੱਖ ਡਿਪਾਰਟਮੈਂਟ ਦੇ ਨਾਲ ਜੋ ਵਿਭਾਗਾਂ ਦੇ ਨਾਲ ਜੁੜੇ ਹੁੰਦੇ ਸਨ ਉਹ ਵੀ ਤਜਰਬੇ ਆਪਣੇ ਸ਼ੇਅਰ ਕਰਦੇ ਹੁੰਦੇ ਸਨ ਬੱਚਿਆਂ ਦੇ ਨਾਲ ਕੀ ਉਹ ਸੱਥਾਂ ਕੀ ਉਹੋ ਜੇ ਮਾਹੌਲ ਅੱਜ ਲੱਭਦੇ ਨੇ ਜਿੱਥੇ ਸੇਵਾਮੁਕਤ ਬੰਦੇ ਨੌਜਵਾਨਾਂ ਦੇ ਨਾਲ ਤਜਰਬੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸ਼ੇਅਰ ਕਰ ਰਹੇ ਨੇ ਦੇਖੋ ਪਿੰਡਾਂ ਦਾ ਜਿਹੜਾ ਜੀਵਨ ਪਹਿਲਾਂ ਵਾਲਾ ਸੀ ਜੀ ਉਹ ਦੇਖਿਆ ਜਾਵੇ ਤਾਂ ਬਹੁਤ ਵਧੀਆ ਲੱਗਦਾ ਹੈ ਉਹ ਪਿੰਡਾਂ ਦੀਆਂ ਸੱਥਾਂ ਪਿੰਡਾਂ ਦੇ ਖੁੰਡ ਪਿੰਡਾਂ ਦੀਆਂ ਧਰਮਚਲਾਵਾ ਗੁਰਦੁਆਰਾ ਸਾਹਿਬ ਵਿੱਚ ਮੰਝੇ ਡਹੇ ਉਹਨਾਂ ਇੱਥੇ ਬੈਠ ਕੇ ਗੱਪਸ਼ਪ ਮਾਰਨੇ ਗੱਲਾਂ ਕਰਨੀਆਂ ਜੀ ਇੱਕ ਦੂਜੇ ਦੇ ਮਸਲੇ ਹੱਲ ਕਰਨੇ ਉਹ ਅੱਜ ਅਲੋਪ ਹੋ ਗਏ ਜਾਪਦੇ ਹਨ ਜੀ ਜਿਹੜੇ ਕਿ ਲੱਗਦਾ ਵੀ ਉਹ ਪ੍ਰਤਾਂ ਖਤਮ ਨਹੀਂ ਹੋਣੀਆਂ ਚਾਹੀਦੀਆਂ ਸੀ ਜੀ 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 ਅੱਜ ਕੱਲ੍ਹ ਹਾਲਾਤ ਇਹ ਜੇ ਬਣ ਗਏ ਹਨ ਕਿ ਚੰਗਾ ਸਹਿਤ ਲੜਕੇ ਜਿਹੜੇ ਉਹ ਰੀਡਰ ਨਹੀਂ ਰਹੇ ਪਾਠਕ ਨਹੀਂ ਰਹੇ ਉਹ ਪੜਨਾ ਨਹੀਂ ਚਾਹੁੰਦੇ ਸਿਰਫ ਵੇਖਣਾ ਹੀ ਚਾਹੁੰਦੇ ਆ ਜੀ 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 ਹਾਂ ਬਿਲਕੁਲ ਜੀ ਇੰਡੀਪੈਂਡੈਂਟ ਥੌਟਸ ਦੀ ਕਿਤੇ ਨਾ ਕਿਤੇ ਤੇ ਆਜ਼ਾਦ ਵਿਚਾਰਾਂ ਦੀ ਕਵਿਮੀ ਸਮਾਜ ਦੇ ਵਿੱਚ ਹੈ ਪਰ ਇਹ ਜੋ ਸਾਡਾ ਯੂਥ ਹੈ ਨਾ ਕਹਿੰਦੇ ਨੇ ਯੂਥ ਆਰ ਦੀ ਬਿਲਡਰ ਆਫ ਦੀ ਨੇਸ਼ਨ ਸਮਾਜ ਨੂੰ ਬਣਾ ਸਕਦੇ ਨੇ ਸਮਾਜ ਦੀਆਂ ਦਿਸ਼ਾ ਦਸ਼ਾ ਨੂੰ ਠੀਕ ਕਰ ਸਕਦੇ ਨੇ ਨੌਜਵਾਨ ਉਹਨਾਂ ਦੇ ਉੱਤੇ ਬਹੁਤ ਵੱਡਾ ਭਾਰ ਹੈ ਤੇ ਸਾਨੂੰ ਵੀ ਸਿੱਖਣਾ ਚਾਹੀਦਾ ਹੈ ਉਹਨਾਂ ਲੋਕਾਂ ਕੋ ਜੋ ਸੇਵਾਮੁਕਤ ਹੋਏ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਦੇਸ਼ ਨੂੰ ਦਿੱਤਾ ਹੈ ਵੱਖ-ਵੱਖ ਵਿਭਾਗਾਂ ਨੂੰ ਦਿੱਤਾ ਹੈ ਤੇ ਅਸੀਂ ਉਹਨਾਂ ਦੇ ਤਜਰਬਿਆਂ ਦੇ ਨਾਲ ਆਪਣੀ ਨੌਜਵਾਨੀ ਨੂੰ ਸਵਾਰ ਸਕਦੇ ਹਾਂ ਇਹ ਸਰਦਾਰ ਅਮਰ ਸਿੰਘ ਸਿੱਧੂ ਜੀ ਤੁਸੀਂ ਮਤਲਬ ਕੀ ਇਹ ਫਿਲਮ ਲਾਈਨ ਦੇ ਨਾਲ ਵੀ ਜੁੜੇ ਹੋ ਤੁਸੀਂ ਨਿਰਦੇਸ਼ਨ ਕੀਤੇ ਨੇ ਕਈ ਫਿਲਮਾਂ ਦੇ ਤੁਸੀਂ ਬਤੌਰ ਪ੍ਰੋਡਿਊਸਰ ਸਾਹਮਣੇ ਆਏ ਹੋ ਹਨ ਜਦੋਂ ਤੁਸੀਂ ਕੋਈ ਕਨਸੈਪਟ ਲੈਂਦੇ ਹੋ ਵੀ ਇਸ ਤਰ੍ਹਾਂ ਦਾ ਕਨਸੈਪਟ ਬਣਨਾ ਚਾਹੀਦਾ ਹੈ ਜਾ ਕਿਸ ਤਰ੍ਹਾਂ ਦੀ ਚੀਜ਼ ਦਰਸ਼ਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਤੇ ਤੁਹਾਡੇ ਮਨ ਵਿੱਚ ਕਿਸ ਤਰ੍ਹਾਂ ਦੇ ਵਿਚਾਰ ਚੱਲਦੇ ਨੇ ਅ ਕਰੋਨਾ ਕਾਲ ਦੇ ਸਮੇਂ ਵਿੱਚ ਮੈਂ ਕੈਨੇਡਾ ਵਿਖੇ ਸਾਂ ਜੀ ਉੱਥੇ ਕਰੋਨਾ ਦੀ ਵਜ੍ਹਾ ਕਰਕੇ ਮੈਂ ਉੱਥੇ ਕਾਫੀ ਮਹੀਨੇ ਬੇ ਲੋੜਾ ਫਸਿਆ ਰਿਹਾ ਜੀ ਉੱਥੇ ਵੇਲ ਜ਼ਿਆਦਾ ਹੋਣ ਕਰਕੇ ਮੈਂ ਕਰੋਨਾ ਸੰਬੰਧੀ ਵੀ ਇੱਕ ਅ ਕਵਤਾ ਲਿਖੀ ਹੈ ਇਸ ਕਰਕੇ ਸਮੇਂ ਨੂੰ ਜਿੱਥੇ ਵੀ ਜਾਂਦਾ ਹਾਂ ਜੁਟੀਲਾਈਜ਼ ਕਰਦਾ ਹਾਂ ਵਾਹ ਕੀ ਬਾਤ ਹੈ ਤੇ ਇਸ ਸਮੇਂ ਨੂੰ ਯੂਟਿਲਾਈਜ਼ ਕਰਨਾ ਚਾਹੀਦਾ ਹੈ ਕਹਿੰਦੇ ਨੇ ਸਮਾਂ ਬੜਾ ਬਲਵਾਨ ਬੇਲੀਓ ਸਮਾਂ ਬੜਾ ਬਲਵਾਨ ਸਮਾਂ ਬੰਦੇ ਨੂੰ ਤਖਤ ਬਿਠਾਵੇ ਸਮਾਂ ਬੰਦੇ ਨੂੰ ਵਕਤ ਚ ਪਾਵੇ ਸਮਾਂ ਬੰਦੇ ਦੀ ਕੱਢ ਲੈਂਦਾ ਜਾਨ ਸਮਾਂ ਬੜਾ ਬਲਵਾਨ ਸਮਾਂ ਵਾਕਈ ਬਲਵਾਨ ਹੈ ਇੱਕ ਸਮਾਂ ਉਦੋਂ ਸੀ ਜਦੋਂ ਜ਼ਿੰਦਗੀ ਬਹੁਤ ਭੱਜਦੀ ਦੌੜਦੀ ਸੀ ਫਰ ਤੁਸੀਂ ਜਾਣਦੇ ਹੋ ਕਿ 2 ਸਾਲ ਪਹਿਲਾਂ ਜਿਸ ਤਰ੍ਹਾਂ ਕਰੋਨਾ ਨੇ ਸਾਡੀ ਜ਼ਿੰਦਗੀ ਨੂੰ ਖਿਲਾਰ ਦਿੱਤਾ ਤੇ ਉਸ ਸਮੇਂ ਦੇ ਵਿੱਚ ਬੜਾ ਕੁਝ ਸਿੱਖਣ ਨੂੰ ਮਿਲਿਆ ਕਿ ਕੁਦਰਤ ਕੀ ਹੈ ਸਾਨੂੰ ਦੇਖਣ ਨੂੰ ਮਿਲਿਆ ਪਰ ਕਰੋਨਾ ਦਾ ਸਮਾਂ ਜਿਉਂ-ਜਿਉਂ ਸਰਕਾਰੀ ਰੈਸਟ੍ਰਿਕਸ਼ਨਸ ਘਟੀਆਂ ਫਿਰ ਉਸੇ ਤਰ੍ਹਾਂ ਦਾ ਮਾਹੌਲ ਆ ਗਿਆ ਜੇ ਮੈਂ ਕੋਵਿਡ ਟਾਈਮ ਦੀ ਗੱਲ ਕਰਾਂ ਜਦੋਂ ਕਰੋਨਾ ਕਾਲ ਸੀ ਉਸ ਸਮੇਂ ਦੌਰਾਨ ਬਹੁਤ ਸਾਰੇ ਲੇਖਕ ਬਹੁਤ ਸਾਰੇ ਸਿੰਗਰ ਸਾਹਮਣੇ ਆਏ ਤੇ ਬੜੀ ਖੁਸ਼ੀ ਹੋਈ ਜਦੋਂ ਸੋਸ਼ਲ ਸਾਈਟਸ ਤੇ ਵੇਖੀਦਾ ਸੀ ਕਿ ਚਿੱਟੇ ਦਾੜਿਆਂ ਵਾਲੇ ਵੀ ਸਾਡੇ ਸਾਹਮਣੇ ਆਉਂਦੇ ਸਨ ਜਿਹੜੇ ਆਪਣੇ ਜਿੱਥੇ ਤਜਰਬੇ ਸਾਂਝੇ ਕਰਦੇ ਸਨ ਉੱਥੇ ਕਈ ਤਰ੍ਹਾਂ ਦੀਆਂ ਗੀਤ ਗਜ਼ਲਾਂ ਵੀ ਸਾਂਝੀਆਂ ਕਰਦੇ ਸਨ ਉੱਥੋਂ ਇਹ ਮਿਲਿਆ ਸਿੱਖਣ ਨੂੰ ਕਿ ਸਮੇਂ ਦੇ ਨਾਲ ਸ਼ੌਂਕ ਮਰਦੇ ਨਹੀਂ ਪਰ ਜੇ ਅਸੀਂ ਚਾਹੀਏ ਤਾਂ ਸ਼ੌਂਕ ਨੂੰ ਜ਼ਿੰਦਾ ਵੀ ਕਰ ਸਕਦੇ ਹਾਂ ਤੁਸੀਂ ਉਸ ਕਾਲ ਨੂੰ ਕਿਵੇਂ ਲੈਂਦੇ ਹੋ ਉਸ ਕਾਲ ਨੂੰ ਦੇਖੋ ਜੋ ਉਸ ਤਰ੍ਹਾਂ ਦੀ ਭਿਆਨਕ ਬਿਮਾਰੀ ਆ ਗਈ ਸੀ ਉੱਥੇ ਜਿੱਥੇ ਮਨੁੱਖਤਾ ਦਾ ਘਾਣ ਹੋਇਆ ਇੰਨੀਆਂ ਮੌਤਾਂ ਹੋਈਆਂ ਨੇ ਜੀ ਉਹ ਉਸ ਉਸ ਸੰਬੰਧੀ ਸਾਰੀਆਂ ਸਰਕਾਰਾਂ ਤੇ ਸਭ ਪਬਲਿਕ ਬੇਬਸੀ ਬਿਲਕੁਲ ਪਰੰਤੂ ਜੋ ਲੋਕ ਉਸ ਸਮੇਂ ਨੂੰ ਵੀ ਵਧੀਆ ਢੰਗ ਨਾਲ ਨੇਪਰੇ ਚਾੜਨਾ ਚਾਹੁੰਦੇ ਸਨ ਉਹ ਘਰੇ ਬੈਠੇ ਹੀ ਕੁਛ ਨਾ ਕੁਛ ਆਪਣਾ ਪੋਜੀਟਿਵ ਕੰਮ ਕਰਦੇ ਰਹੇ ਜੀ ਮੈਂ ਇੱਕ ਹੋਰ ਰਚਨਾ ਵੀ ਉਹਨਾਂ ਦਿਨਾਂ ਵਿੱਚ ਹੀ ਲਿਖੀ ਜਪਜੀ ਸਾਹਿਬ ਦਾ ਪਾਠ ਕਰਕੇ ਮੈਂ ਸ਼ੁਧਾਚਰਨ ਵਿੱਚ ਕੀਆ ਬੰਦ ਤਿਆਰ ਕੀਤਾ ਹੈ ਕਿਆ ਬਾਤ ਹੈ ਜੀ ਤੇ ਅਸੀਂ ਚਾਹੁੰਦੇ ਹਾਂ ਕਿ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਜਿੱਥੇ ਅਸੀਂ ਸੇਵਾ ਮੁਕਤੀ ਦੀ ਗੱਲ ਕਰ ਰਹੇ ਹਾਂ ਉੱਥੇ ਇੱਕ ਸੇਵਾ ਮੁਕਤ ਸ਼ਖਸੀਅਤ ਦੇ ਨਾਲ ਬੈਠੇ ਹਾਂ ਜੋ ਐਸਡੀਓ ਰਿਟਾਇਰ ਹੋਏ ਨੇ ਪਬਲਿਕ ਹੈਲਥ ਡਿਪਾਰਟਮੈਂਟ ਦੇ ਵਿੱਚੋਂ ਸਾਹਿਦ ਦੇ ਨਾਲ ਜੁੜੇ ਨੇ ਕਿ ਉਹਨਾਂ ਇੱਕ ਸਾਹਿਦ ਦਾ ਇੱਕ ਰੰਗ ਹੋਰ ਸਾਡੇ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਪੇਸ਼ ਕੀਤਾ ਜਾਵੇ ਸਰਦਾਰ ਅਮਰ ਸਿੰਘ ਸਿੱਧੂ ਵੱਲੋਂ ਪਹਿਲਾ ਹੈਕੂ ਹੋ ਚੁੱਕੇ ਹਨ ਹੁਣ ਮੈਂ ਤੁਹਾਨੂੰ ਇੱਕ ਗਜ਼ਲ ਜਿਸ਼ ਕਰਵਾ ਜੀ ਚਹਿਕ ਦੇ ਸੰਗੀਤ ਦੀ ਪ੍ਰভাত ਹੈ ਹਮ ਚਹਿਕ ਦੇ ਸੰਗੀਤ ਦੀ ਪ੍ਰভাত ਹੈ ਹੁਸਨ ਕੁਦਰਤ ਦੀ ਕੋਈ ਸੁਗਾਤ ਹੈ ਹਾਂ ਹੁਸਨ ਕੁਦਰਤ ਦੀ ਕੋਈ ਸੁਗਾਤ ਹੈ ਸਹਿਜ ਮਨ ਦੇ ਵਲਵਲੇ ਮਚਲੇ ਜਦੋਂ ਹਮ ਜਾਗ ਉੱਠੇ ਖਲਬਲੀ ਜਜ਼ਬਾਤ ਹੈ ਕਿਆ ਬਾਤ ਦਿਲ ਦਾ ਮਹਿਰਮ ਹਮ ਦਿਲ ਚ ਵਸ ਕੇ ਰੰਗ ਗਿਆ ਦਿਲ ਦਾ ਮਹਿਰਮ ਦਿਲ ਚ ਵਸ ਕੇ ਰੰਗ ਗਿਆ ਇਸ ਤੋਂ ਵੱਡੀ ਵੀ ਕੀ ਸੁਗਾਤ ਹੈ ਵਾਹ ਵਾਹ ਤਿਤਲੀਆਂ ਦੇ ਕੋਲ ਜਾ ਕੇ ਜਾਣਿਆ ਹੂੰ ਤਿਤਲੀਆਂ ਦੇ ਕੋਲ ਜਾ ਕੇ ਜਾਣਿਆ ਸਾਰਿਆਂ ਫੁੱਲਾਂ ਦੀ ਇੱਕੋ ਜਤ ਹੈ ਵਾਹ ਵਾਹ ਰਾਤ ਦੇ ਨੈਣਾ ਚ ਹੁਣ ਤੱਕ ਅਥਰੂ ਰਾਤ ਦੇ ਨੈਣਾ ਚ ਹੁਣ ਤੱਕ ਅਥਰੂ ਚੰਦਰੇ ਦਿਨ ਦੀ ਅਜਬ ਬਰਸਾਤ ਹੈ ਵਾਹ ਤਾਂਗ ਸੀ ਜੋ ਸਿਖਰ ਤੇ ਚੜ ਜਾਣ ਦੀ ਹੂੰ ਤਾਂਗ ਸੀ ਜੋ ਸਿਖਰ ਤੇ ਚੜ ਜਾਣ ਦੀ ਵੱਧ ਨਾ ਸਕਿਆ ਬੇਵਫਾ ਹਾਲਾਤ ਹੈ ਵਾਹ ਆਖਰੀ ਜੀ ਸ਼ੇਰ ਹੈ ਜੀ ਯਾਰ ਖਾਤਰ ਲੈ ਘੜਾ ਸੋਹਣੀ ਤੁਰੀ ਹੂੰ ਯਾਰ ਖਾਤਰ ਲੈ ਘੜਾ ਸੋਹਣੀ ਤੁਰੀ ਐ ਅਮਰ ਇਹ ਇਸ਼ਕ ਦੀ ਰਬੀਦਾਤ ਹੈ ਵਾਹ ਐ ਅਮਰ ਇਹ ਇਸ਼ਕ ਦੀ ਰਬੀਦਾਤ ਹੈ ਵਾਕੇ ਜੀ ਕੋਈ ਵੀ ਸ਼ੌਂਕ ਹੋ ਜਾਵੇ ਇਹ ਵੀ ਇੱਕ ਇਸ਼ਕ ਹੁੰਦਾ ਹੈ ਇੱਕ ਇਸ਼ਕ ਹਕੀਕੀ ਬਣਦਾ ਹੈ ਜੇ ਅਸੀਂ ਇਸ ਸ਼ੌਂਕ ਦੇ ਵਿੱਚ ਆਪਣੇ ਆਪ ਨੂੰ ਇਸ ਤਰ੍ਹਾਂ ਖੋਬ ਲੈਨੇ ਹਾਂ ਕਿ ਉਹ ਉਹ ਸ਼ੌਕ ਹੀਰਾ ਬਣ ਕੇ ਸਾਹਮਣੇ ਆ ਜਾਂਦਾ ਹੈ ਇਹ ਸੇਵਾ ਮੁਕਤ ਤੋਂ ਬਾਅਦ ਸੇਵਾ ਮੁਕਤੀ ਤੋਂ ਬਾਅਦ ਤੁਸੀਂ ਮਤਲਬ ਕਿ ਸਾਹਿਦ ਦੇ ਨਾਲ ਵੀ ਜੁੜੇ ਨਿਰਦੇਸ਼ਨ ਦੇ ਨਾਲ ਵੀ ਜੁੜੇ ਤੇ ਕਈ ਇਨਸਾਨ ਐਸੇ ਵੀ ਨਹੀਂ ਕਿ ਸੇਵਾ ਮੁਕਤੀ ਤੋਂ ਬਾਅਦ ਆਪਣੇ ਆਪ ਨੂੰ ਨਾ ਆਪਣੀਆਂ ਸੋਚਾਂ ਦੇ ਵਿੱਚ ਹੀ ਘਿਰ ਕੇ ਬੈਠ ਜਾਂਦੇ ਹਨ ਉਹਨਾਂ ਸੋਚਾਂ ਵਿੱਚ ਜੋ ਘਿਰ ਜਾਂਦੇ ਹਨ ਉਹਨਾਂ ਨੂੰ ਕਿੰਨੀ ਕੁ ਉਡਾਰੀ ਦੀ ਲੋੜ ਹੈ ਕਿਸ ਤਰ੍ਹਾਂ ਉਹ ਖੁੱਲੇ ਅਸਮਾਨ ਨੂੰ ਵੇਖ ਸਕਣ ਕਿਸ ਤਰ੍ਹਾਂ ਉਹ ਜ਼ਿੰਦਗੀ ਨੂੰ ਮਾਣ ਸਕਣ ਸੇਵਾ ਮੁਕਤੀ ਤੋਂ ਬਾਅਦ ਮੈਂ ਸਮਝਦਾ ਹਰ ਆਦਮੀ ਨੂੰ ਆਪਣਾ ਜੋ ਟੈਲੈਂਟ ਆਪਣੇ ਵਿੱਚ ਛੁਪਿਆ ਹੋਇਆ ਉਸ ਨੂੰ ਉਭਾਰਨਾ ਚਾਹੀਦਾ ਹੈ ਚੰਗੇ ਕੰਮ ਕਰਨੇ ਚਾਹੀਦੇ ਨੇ ਚੰਗੀ ਸੋਚ ਸਮਾਜ ਸੁਧਾਰਕ ਕੰਮ ਕਰਨੇ ਚਾਹੀਦੇ ਆ ਟਾਈਮ ਨੇ ਤਾਂ ਬੀਤ ਹੀ ਜਾਣਾ ਹੈ ਹਮ ਘਰੇ ਬੈਠਣ ਦਾ ਕੋਈ ਆਈਡੀਆ ਨਹੀਂ ਹੈ ਅਸੀਂ ਐਸੇ ਕੰਮ ਕਰੀਏ ਜੋ ਸਾਡੇ ਜਾਣ ਤੋਂ ਬਾਅਦ ਵੀ ਲੋਕ ਸਾਨੂੰ ਯਾਦ ਰੱਖਣ ਫਲਾਣਾ ਕੰਮ ਕਰਕੇ ਅਸੀਂ ਜਿੰਦੇ ਰਹੀਏ ਮਰਨ ਤੋਂ ਬਾਅਦ ਵੀ ਜਿੰਦੇ ਰਹੀਏ ਉਹ ਕੰਮ ਸਾਨੂੰ ਕਰ ਲੈਣੇ ਚਾਹੀਦੇ ਹਨ ਬਿਲਕੁਲ ਘਰੇ ਆਲਸ ਵਿੱਚ ਬੈਠਣਾ ਇੱਕ ਮਾਨਸਿਕ ਤਰਕ ਤਣਾਅ ਪੈਦਾ ਕਰਨ ਦੇ ਬਰਾਬਰ ਹੈ ਜੀ ਕੀ ਬਾਤ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਜਾਂਦੇ ਜਾਂਦੇ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਅਸੀਂ ਤੁਹਾਡੇ ਕੋਲੋਂ ਤੁਹਾਡੀ ਕੋਈ ਰਚਨਾ ਜ਼ਰੂਰ ਸੁਣੀਏ ਤਾਂ ਜੋ ਇਸ ਗੱਲਾਂ ਤੇ ਗੀਤ ਪ੍ਰੋਗਰਾਮ ਵਿੱਚ ਜਾਂਦੇ ਜਾਂਦੇ ਸਾਇਤਿਕ ਮਾਹੌਲ ਬਣਿਆ ਰਹੇ ਅ ਇੱਕ ਗਜ਼ਲ ਮੈਂ ਤੁਹਾਡੀ ਨਜ਼ਰ ਫੇਰ ਕਰ ਰਿਹਾ ਜੋ ਕਿ ਰੱਬ ਨੂੰ ਮੁਖਾਤਫਾ ਹੈ ਜੀ 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 ਜ਼ਰੂਰ ਰਾਤ ਹੋਵੇ ਦੂਰ ਮੈਂ ਪ੍ਰਵਾਤ ਬਣ ਕੇ ਤੁਰ ਪਾਵਾਂ ਲਪ ਚਾਨਣ ਬਖਸ਼ ਦੇ ਸੋਗਾਤ ਬਣ ਕੇ ਤੁਰ ਪਾਵਾਂ ਵਾ ਗੰਦਲੇ ਮੌਸਮ ਅਜੇ ਵੀ ਰੋਕ ਦੇ ਨੇ ਕਾਫਲਾ ਹੂੰ ਚੀਰ ਕੇ ਕਾਲੀ ਘਟਾ ਬਰਸਾਤ ਬਣ ਕੇ ਤੁਰ ਪਾਵਾਂ ਲਿਖ ਸਕਾਂ ਜੋ ਜੀ ਕਰੇ ਹੂੰ ਲਿਖ ਸਕਾਂ ਜੋ ਜੀ ਕਰੇ ਤੌਫੀਕ ਮੈਨੂੰ ਬਖਸ਼ ਦੇ ਹੂੰ ਸੱਚ ਦੇ ਸੂਜ ਤਰਾਮ ਬਲਵਾਨ ਬਣ ਕੇ ਤੁਰ ਪਾਵਾਂ ਸਹਿਜ ਸੁਖ ਬਾਣੀ ਤੇ ਸਤ ਸੰਤੋਖ ਦੇਵੀ ਮਾਲਕਾ ਹੂੰ ਤਾਂ ਕਿ ਹਰ ਪਲ ਹੀ ਰਜ਼ਾ ਦੀ ਬਾਤ ਬਣ ਕੇ ਤੁਰ ਪਾਵਾਂ ਵਾਹ ਪੱਤਿਆਂ ਦੀ ਮਹਿਕ ਤੇਰੀ ਹੂੰ ਪੱਤਿਆਂ ਦੀ ਮਹਿਕ ਤੇਰੀ ਹੀ ਖੁਦਾਈ ਜਾਪਦੀ ਢੋਲ ਹਰਿਆਲੀ ਮੈਂ ਤੇਰੀ ਜਾਤ ਬਣ ਕੇ ਤੁਰ ਪਾਵਾਂ ਜ਼ਿੰਦਗੀ ਨੂੰ ਜਾਗ ਐਸਾ ਜੀਣ ਜੋਗਾ ਲਾ ਦਿਓ ਹੂੰ ਜ਼ਿੰਦਗੀ ਨੂੰ ਜਾਗ ਐਸਾ ਜੀਣ ਜੋਗਾ ਲਾ ਦਿਓ ਸਾਗਰੋਂ ਰਤਨਾਗਰੋਂ ਬਹੁਤਾਤ ਬਣ ਕੇ ਤੁਰ ਪਾਵਾਂ ਤੁਰ ਪਾਵਾਂ ਵਾਹ ਆਖਰੀ ਸ਼ੇਰ ਜੀ ਜੀ ਮੈਂ ਕਲਮ ਫੜ ਕੇ ਗਜ਼ਲ ਛੇੜਾਂ ਹੂੰ ਮੈਂ ਕਲਮ ਫੜ ਕੇ ਗਜ਼ਲ ਛੇੜਾਂ ਮੁਹੱਬਤ ਪਾਉਣ ਦੀ ਮੋਹ ਪਰੇ ਸਿੱਧੂ ਲਈ ਜਜ਼ਬਾਤ ਬਣ ਕੇ ਤੁਰ ਪਾਵਾਂ ਮੋਹ ਪਰੇ ਸਿੱਧੂ ਲਈ ਜਜ਼ਬਾਤ ਬਣ ਕੇ ਤੁਰ ਪਾਵਾਂ ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਕੱਟ ਕੇ ਅੱਜ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਆਏ ਜਿੱਥੇ ਅਸੀਂ ਤੁਹਾਡੀ ਨਿੱਜੀ ਜ਼ਿੰਦਗੀ ਤੇ ਚਾਤਪਾਈ ਉੱਥੇ ਨਾਲ ਦੇ ਨਾਲ ਸੇਵਾ ਮੁਕਤੀ ਤੋਂ ਬਾਅਦ ਜ਼ਿੰਦਗੀ ਨੂੰ ਕਿਵੇਂ ਅਸੀਂ ਹਸੀਨ ਬਣਾ ਸਕਦੇ ਹਾਂ ਉਸ ਉੱਤੇ ਵੀ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨ ਬਹੁਤ ਬਹੁਤ ਤਨਵਾਦ